ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ ਹਾਂ ਕੇਪੀ ਸਿੰਘ। ਪੰਜਾਬ ਦੀ ਵਜ਼ਾਰਤ ਦੇ ਵਿੱਚੋਂ ਇੱਕ ਕੈਬਨਿਟ ਮੰਤਰੀ ਦੀ ਵਿਕਟ ਡਿੱਗ ਗਈ ਹੈ। ਕਹਿੰਦੇ ਮੈਚ ਰੇਤ ਦੀ ਪਿੱਚ 'ਤੇ ਹੋਇਆ ਸੀ ਅਤੇ ਰੇਤ ਦੀ ਪਿੱਚ 'ਤੇ ਜਿਹੜਾ ਮੈਚ ਹੁੰਦਾ, ਕਹਿੰਦੇ ਜਾਂ ਤਾਂ ਗੇਂਦ ਖੁੱਭ ਜਾਂਦੀ ਹੈ ਅਤੇ ਜਾਂ ਫਿਰ ਗੇਂਦ ਆ ਜਿਹੜੀ ਆਨੀਵਨ ਬਾਊਂਸ 'ਤੇ ਹੋ ਜਾਂਦੀ ਹੈ। ਜਦੋਂ ਆਨੀਵਨ ਬਾਊਂਸ ਹੋ ਜਾਵੇ, ਜਦੋਂ ਇੱਧਰ ਉੱਧਰ ਮੁੜ ਜਾਵੇ ਤਾਂ ਫਿਰ ਵਿਕਟ ਡਿੱਗ ਪੈਂਦੀ ਹੈ, ਉਹਨੂੰ ਗੁਗਲੀ ਵੀ ਕਹਿੰਦੇ ਆ। ਹੁਣ ਗੁਗਲੀ ਕਿੰਨੇ ਸਿੱਟੀ, ਬੋਲਡ ਕੌਣ ਹੋਇਆ, ਸਵਾਲ ਇੱਥੇ ਆ ਕੇ ਨਹੀਂ ਰੁਕਦਾ। ਸਵਾਲ ਇੱਥੇ ਆ ਕੇ ਰੁਕਦਾ ਕਿ ਇਸ ਸਾਰੇ ਪ੍ਰਕਿਰਿਆ ਦੇ ਵਿਚਾਲੇ ਰਾਣਾ ਗੁਰਜੀਤ, ਕਿਸ ਦੀ ਹਾਰ, ਕਿਸ ਦੀ ਜੀਤ। ਅੱਜ ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਤੁਹਾਨੂੰ ਦੱਸ ਦਈਏ, ਪੁਆਇੰਟ ਟੂ ਪੁਆਇੰਟ ਬਹਿਸ ਇਸ ਕਰ ਰਹੇ ਹਾਂ ਕਿ ਰਾਣਾ ਗੁਰਜੀਤ ਸਿੰਘ ਦੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਰਾਹੁਲ ਗਾਂਧੀ ਨਾਲ ਬੈਠਣ ਤੋਂ ਬਾਅਦ ਕੈਪਟਨ ਨੇ ਐਲਾਨ ਕੀਤਾ ਰੇਤ ਖੱਡਾਂ ਦੀ ਨਿਲਾਮੀ ਨਾਲ ਜੁੜੇ ਘੁਟਾਲੇ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਸੀ। ਉਸ ਵਿਵਾਦ ਤੋਂ ਬਾਅਦ ਹੀ ਮੰਗ ਸ਼ੁਰੂ ਹੋਣ ਲੱਗ ਪਈ ਸੀ, ਪਰ ਅਸਤੀਫੇ ਤੋਂ ਬਾਅਦ ਵਿਰੋਧੀਆਂ 'ਚ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ ਕਿ ਅਸੀਂ ਕੀਤਾ, ਸਾਡੇ ਦਬਾਅ ਕਰਕੇ ਹੋਇਆ, ਸਾਰੇ ਇਹੀ ਗੱਲ ਕਹਿ ਰਹੇ ਆ। ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਆ, ਕਾਂਗਰਸ ਨੇ ਪਲਟਵਾਰ ਕੀਤਾ। ਸੁਖਪਾਲ ਖਹਿਰਾ ਦਾ ਅਸਤੀਫਾ ਮੰਗ ਲਿਆ ਹੈਗਾ ਕਿ ਨੈਤਿਕਤਾ ਦੀ ਜੇ ਦੁਹਾਈ ਦਿੰਦੀ ਹੈ ਤਾਂ ਸੁਖਪਾਲ ਖਹਿਰਾ ਵੀ ਅਸਤੀਫਾ ਦੇਣ। ਇੱਧਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ 8 ਮਹੀਨੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਅਸਤੀਫਾ, ਲੇਟ ਕਰਤਾ ਸਰਕਾਰ ਨੇ, ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀ, ਘੁਟਾਲਾ ਹੋਇਆ। ਇੱਧਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਕਹਿੰਦੇ ਆ ਕਿ ਸਰਕਾਰ ਨੇ ਮੰਨ ਹੀ ਲਿਆ, ਘੁਟਾਲਾ ਤਾਂ ਹੋਇਆ। ਅਤੇ ਇਸ ਪੂਰੀ ਸਿਆਸਤ ਦੇ ਵਿਚਾਲੇ ਕੀ ਕੁਛ ਹੋਇਆ, ਬਿਆਨਬਾਜ਼ੀਆਂ ਕੀ ਹੋਈਆਂ, ਪਹਿਲਾਂ ਇਹ ਬਿਆਨ ਸੁਣ ਲਈਏ, ਫਿਰ ਜਿਹੜੇ ਸਾਡੇ ਕੋਲ ਪੈਨਲ 'ਚ ਬੈਠੇ ਆ ਫਿਰ ਇਹਨਾਂ ਦੇ ਬਿਆਨ ਸੁਣਾਂਗੇ। ਰਾਹੁਲ ਗਾਂਧੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ। ਮੈਂ ਸਮਝਦਾ ਕਿ ਇਸ ਤਰ੍ਹਾਂ ਕਰਨ ਨਾਲ ਰਾਹੁਲ ਗਾਂਧੀ ਨੇ ਇੱਕ ਨਵਾਂ ਚੈਪਟਰ ਖੋਲਿਆ ਹੈ ਇਸ ਦੇਸ਼ ਦੀ ਰਾਜਨੀਤੀ ਵਿੱਚ ਕਿ ਕਰਪਸ਼ਨ ਦੇ ਉੱਤੇ ਅੱਜ ਤੋਂ ਬਾਅਦ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ। ਇੱਕ ਅੱਛਾ ਮਾਪਦੰਡ, ਇੱਕ ਅੱਛਾ ਪੈਮਾਨਾ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਨੇ ਜਿਹੜਾ ਸੈੱਟ ਕੀਤਾ ਪ੍ਰੈਸੀਡੈਂਟ, ਮੈਂ ਰਾਹੁਲ ਗਾਂਧੀ ਦੇ ਇਸ ਫੈਸਲੇ ਦੀ ਸਵਾਗਤ। ਦੇਖੋ, ਰਾਣਾ ਗੁਰਜੀਤ ਦਾ ਅਸਤੀਫਾ ਮਨਜ਼ੂਰ ਕਰਨਾ ਤਾਂ ਇਸ ਤਰ੍ਹਾਂ ਸਭ ਪੰਜਾਬੀ ਦੀ ਕਹਾਵਤ ਵਾਂਗ ਲਾਗੂ ਹੁੰਦਾ ਵੀ ਦੁੱਧ ਦਿੱਤਾ ਪਰ ਦਿੱਤਾ ਮਿੰਗਣਾ ਪਾ ਗਏ। ਜੇ ਪਹਿਲੇ ਦਿਨੇ ਜਦੋਂ ਇਹਨਾਂ ਤੇ ਇਲਜ਼ਾਮ ਲੱਗੇ ਸੀ ਮਾਈਨਿੰਗ ਦੇ ਵਿੱਚ, ਇਹਨਾਂ ਦੇ ਸੋਈਏ ਤੇ ਨੌਕਰਾਂ ਤੇ ਨਜਾਇਜ਼ ਮਾਈਨਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਆਪਸ਼ਨ ਦੇ ਵਿੱਚ, ਉਦੋਂ ਮਤਲਬ ਅਸਤੀਫਾ ਲੈ ਲੈਂਦੇ ਤਾਂ ਅਸੀਂ ਸਮਝਦੇ ਵੀ ਕੋਈ ਨੈਤਿਕਤਾ ਦੇ ਆਧਾਰ ਤੇ ਜਾਂ ਕਰਪਸ਼ਨ ਖਤਮ ਕਰਨ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਕਦਮ ਪੁੱਟਿਆ, ਲੇਕਿਨ ਉਹਨੂੰ ਪੂਰੀ ਤਰ੍ਹਾਂ ਸ਼ੀਲਡ ਕਰਦੇ ਰਹੇ ਇੰਨੇ ਸਮੇਂ ਦੇ ਵਿੱਚ। ਲੇਕਿਨ ਜਦੋਂ ਕੇਂਦਰ ਤੋਂ ਕਾਂਗਰਸ ਪਾਰਟੀ ਦਾ ਦਬਾਅ ਪਿਆ ਤਾਂ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਮਨਜ਼ੂਰ ਕੀਤਾ ਹੈ। ਲੇਕਿਨ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਘੁਟਾਲੇ ਜਿਹੜੇ ਹੈਗੇ ਹੋਰਨਾਂ ਮੰਤਰੀਆਂ ਦੇ ਵੀ ਆਉਣਗੇ, ਔਰ ਜਿਸ ਢੰਗ ਦੀ ਕਾਰਗੁਜ਼ਾਰੀ ਹੈ ਕਿ ਅੱਜ ਹਾਲੇ ਸਾਲ ਪੂਰਾ ਹੋਣਾ ਹਾਲੇ। ਮੈਂ ਇਹ ਕਹਿਣਾ ਚਾਹੂੰਗਾ ਕਿ ਬਿਲਕੁਲ ਠੀਕ ਹੈ, ਜੋ ਹਾਈ ਕਮਾਂਡ ਕੋ ਕਾ ਫੈਸਲਾ ਜੋ ਹੈ ਉਹ ਮੈਨੂੰ ਮਨਜ਼ੂਰ ਹੈ। ਮੈਂ ਇੱਕ ਪੈਦਾਇਸ਼ੀ ਕਾਂਗਰਸਮੈਨ ਹੂੰ ਔਰ ਇਸ ਪਾਰਟੀ ਕਾ, ਕਾਂਗਰਸ ਪਾਰਟੀ ਕਾ, ਕੈਪਟਨ ਅਮਰਿੰਦਰ ਸਿੰਘ ਜੀ ਕਾ, ਸੋਨੀਆ ਗਾਂਧੀ ਜੀ ਕਾ ਔਰ ਰਾਹੁਲ ਗਾਂਧੀ ਜੀ ਕਾ ਧੰਨਵਾਦ ਕਰਤਾ ਹੂੰ ਕਿ ਮੇਰੇ ਕੋ ਏਕ ਬਾਰ ਨਹੀਂ 7 ਬਾਰ ਇਸ ਪਾਰਟੀ ਨੇ ਕਭੀ MLA ਕਭੀ MP ਲੈਣੇ ਕਾ ਮੌਕਾ ਦਿਆ ਔਰ ਉਨਮੇਂ ਸੇ ਮੈਂ 6 ਬਾਰ ਜੀਤਾ, ਮੁਝੇ ਵਜ਼ੀਰ ਬਣਾਇਆ ਔਰ ਪਾਰਟੀ ਨੇ ਵਜ਼ਾਰਤ ਦੀ ਥੀ। ਅਗਰ ਪਾਰਟੀ ਅੱਜ ਕਹਿਤੀ ਹੈ ਕਿ ਬਈ ਰਿਜ਼ਾਈਨ ਅਸੈਪਟਡ, ਰੈਜ਼ਿਗਨੇਸ਼ਨ ਮੈਨੇ ਦਿਆ, ਅਸੈਪਟ ਪਾਰਟੀ ਨੇ ਕਰਾ, ਇਹ ਸਮੇਂ ਹੋਤਾ ਹੈ ਔਰ ਇਸ ਕੇ ਲੀਏ ਮੈਂ ਜਿਤਨੀ ਮੇਰੀ ਸੇਵਾ ਥੀ ਮੈਨੇ ਕਰੀ ਔਰ ਆਗੇ ਵੀ ਕਰੂੰਗਾ। ਪਹਿਲੇ ਬਤੌਰ ਵਜ਼ੀਰ ਕਰਤਾ ਥਾ, ਅਬ ਬਤੌਰ MLA ਲੋਗੋਂ ਕੀ ਸੇਵਾ ਕਰੂੰਗਾ। ਸਵਾਲ ਜਿਹੜਾ ਇਸ ਬਹਿਸ 'ਤੇ ਪੁੱਛਣਾ ਹੈ, ਸਵਾਲ ਇਹੀ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਨਾਲ ਕਿਸ ਦੇ ਦਾਗ ਧੋਤੇ ਗਏ, ਇਸ ਸਵਾਲ 'ਤੇ ਬਹਿਸ ਕਰਨੀ ਹੈ। ਖਾਸ ਮਹਿਮਾਨ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ, ਹਰਚੰਦ ਸਿੰਘ ਬਾਠ, ਸੀਨੀਅਰ ਵਕੀਲ ਨੇ। ਬਾਠ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ। ਮਨਪ੍ਰੀਤ ਸਿੰਘ ਬਣੀ ਸੰਧੂ ਕਾਂਗਰਸ ਤੋਂ ਨੇ। ਮਨਪ੍ਰੀਤ ਸਿੰਘ ਬਣੀ ਸੰਧੂ ਦੇ ਲਈ ਇਹ ਡਿਬੇਟ ਥੋੜ੍ਹੀ ਔਖੀ ਹੋ ਸਕਦੀ। ਮਨਪ੍ਰੀਤ ਸਿੰਘ ਬਣੀ ਸੰਧੂ, ਤੁਹਾਡਾ ਬਹੁਤ ਸਵਾਗਤ ਹੈ। ਬੂਟਾ ਸਿੰਘ ਵਿਰਾਕੀ, ਆਮ ਆਦਮੀ ਪਾਰਟੀ ਤੋਂ ਨੇ। ਬੂਟਾ ਸਿੰਘ ਵਿਰਾਕੀ, ਤੁਹਾਡਾ ਬਹੁਤ ਸਵਾਗਤ ਹੈ। ਚੰਦ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਤੋਂ ਨੇ। ਚੰਦ ਸਿੰਘ ਬਰਾੜ, ਤੁਹਾਡਾ ਬਹੁਤ ਸਵਾਗਤ ਹੈ। ਸਿੰਦਰ ਸਿੰਘ ਬੈਂਸ, ਸੀਨੀਅਰ ਪੱਤਰਕਾਰ ਨੇ। ਸਿੰਦਰ ਸਿੰਘ ਬੈਂਸ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਮਨਪ੍ਰੀਤ ਸਿੰਘ ਬਣੀ ਸੰਧੂ ਤੁਹਾਨੂੰ ਹੈ। ਅਕਾਲੀ ਦਲ ਨੇ ਇੱਕ ਸਵਾਲ ਕੀਤਾ, ਮੈਂ ਉਹੀ ਸਵਾਲ ਨੂੰ ਅੱਗੇ ਵਧਾਊਂਗਾ। ਕਹਿੰਦੇ ਦੁੱਧ ਦਿੱਤਾ ਪਰ ਮੀਂਗਣਾ ਪਾ ਕੇ, ਤਾਂ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ। ਦੇਖੋ, ਮੈਂ ਅਕਾਲੀ ਦਲ ਦੇ ਨਾ ਤਾਂ ਕਿਸੇ ਸਵਾਲ ਬਾਰੇ ਕੋਈ ਜਵਾਬ ਦੇਣਾ ਚਾਹੁੰਦਾ, ਟਿੱਪਣੀ ਦੇਣਾ ਜ਼ਰੂਰੀ ਨਹੀਂ ਸਮਝਦਾ। ਚਲੋ ਠੀਕ ਹੈ, ਇਹ ਤਾਂ ਕਮਾਲ ਹੀ ਕਰਤੀ ਤੁਸੀਂ ਸੁਖਪਾਲ। ਮਨਪ੍ਰੀਤ ਸਿੰਘ ਬਣੀ ਸੰਧੂ, ਚਲੋ ਠੀਕ ਹੈ, ਉਹਨਾਂ ਦੇ ਸਵਾਲ 'ਤੇ ਤੁਸੀਂ ਟਿੱਪਣੀ ਨਾ ਕਰੋ, ਪਰ ਇਹ ਤਾਂ ਟਿੱਪਣੀ ਕਰ ਦਿਓ, ਰਾਣਾ ਗੁਰਜੀਤ ਸਿੰਘ ਦੀ ਕੁਰਸੀ
किस विवाद च गई है? देखो यदि विरोधियों ने नुक्ताचीनी करनी है, डिमांड्स रेज करनी ने, ठीक है, उन्होंने हक है, जायज गल है, उन्होंने डिमांड्स रेज की, लेकिन मैं विरोधी धिर के नेता की गल ही हूँ तुम अपने टीवी से बयान होना मैं लियाऊंगा लियाऊंगा संधु मैं सिर्फ एक सवाल का जवाब दे दो भी राणा गुरजीत सिंह की कुर्सी किस विवाद की वजह करके गई? मैं विवाद हूँ तुम जो मैं बोलने दोगे तो मैं चलो ठीक है। हाँ बोलो। देखो एक जुडिशियल प्रोसैस होंगे, हर एक चीज़ का एक प्रोसैस चलता। जदों एलीगेशन रेज हुई तो सीएम साहब ने जुडिशियल कमीशन अपॉइंट किया। जुडिशियल कमीशन ਨੂੰ ਓਪੋਜੀਸ਼ਨ ਨੇ ਕਦੇ ਵੀ ਨਹੀਂ ਮੰਨਣਾ। ਓਪੋਜੀਸ਼ਨ ਨਹੀਂ ਮੰਨੂਗੀ ਵੀ ਉਹ ਠੀਕ ਹੈ ਜਾਂ ਉਹ ਤਾਂ ਗਲਤ ਹੀ ਕਹੂਗੀ। ਜੁਡੀਸ਼ੀਅਲ ਕਮਿਸ਼ਨ ਨੇ ਇੱਕ ਰਿਪੋਰਟ ਦਿੱਤੀ ਹੈਗੀ ਹੈ ਔਨ ਗਿਵਿੰਗ ਅ ਕਲੀਨ ਚਿੱਟ ਟੂ ਰਾਣਾ ਗੁਰਜੀਤ, ਠੀਕ ਹੈ ਜੀ। ਹੁਣ ਉਸ ਤੋਂ ਬਾਵਜੂਦ ਜੇ ਕੋਈ ਹੋਰ ਐਲੀਗੇਸ਼ਨ ਰੇਜ਼ ਹੋਈਆਂ ਨੇ ਤਾਂ ਇਹਦੀ ਪਰਸੈਪਸ਼ਨ, ਈਵਨ ਦਾ ਪਰਸੈਪਸ਼ਨ ਮੈਟਰਸ ਟੂਡੇ। ਅੱਜ ਜਿਹੜੀ ਸੁਖਪਾਲ ਖਹਿਰਾ ਜੀ ਨੇ ਪਹਿਲੇ ਬਿਆਨ ਦਿੱਤੇ ਨੇ ਕਿ ਉਹ ਰਾਹੁਲ ਗਾਂਧੀ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਨੇ ਕਿ ਅੱਜ ਰਾਹੁਲ ਗਾਂਧੀ ਜੀ ਨੇ ਇੱਕ ਇੰਡੀਅਨ ਪੋਲੀਟਿਕਸ ਨੂੰ ਨਵੀਂ ਡਾਇਮੈਂਸ਼ਨ ਦੇ ਦਿੱਤੀ ਹੈਗੀ ਹੈ ਕਿ ਈਵਨ ਔਨ ਦੀ ਬੇਸਿਸ ਆਫ ਪਰਸੈਪਸ਼ਨ। ਵੈਸੇ ਤੁਸੀਂ ਨਹੀਂ ਕੋਸ਼ਿਸ਼ ਕੀਤੀ, ਰਾਹੁਲ ਗਾਂਧੀ ਨੇ ਡਾਇਮੈਂਸ਼ਨ ਦਿੱਤੀ। ਸਾਡੇ ਪ੍ਰਧਾਨ ਨੇ ਹੋ ਤੇ ਸਾਡੀ, ਅਸੀਂ ਉਹਨਾਂ ਦੇ ਹੁਕਮਾਂ ਦੇ ਬਤੌਰ ਹੀ ਚੱਲਣਾ ਹੈ ਯਾਰ। ਅੱਛਾ ਵੀ ਆਪਦੇ ਆਪ ਨਹੀਂ ਸੀ ਅਸਤੀਫਾ ਉਹ ਹੱਦ ਹੋ ਗਈ। ਹਾਂ ਜਦੋਂ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈਗਾ ਤੇ ਹਾਈ ਕਮਾਂਡ ਨੇ ਉਹਨੂੰ ਐਕਸੈਪਟ ਕੀਤਾ ਵੀ ਈਵਨ ਔਨ ਦੀ ਬੇਸਿਸ ਆਫ ਪਰਸੈਪਸ਼ਨ, ਚਾਹੇ ਰਾਣੇ ਗੁਰਜੀਤ ਨੂੰ ਕਲੀਨ ਚਿੱਟ ਵੀ ਮਿਲੀ ਹੋਈ ਸੀਗੀ ਫਿਰ ਵੀ ਰਾਣੇ ਗੁਰਜੀਤ ਨੇ ਰਿਜ਼ਾਈਨ ਕੀਤਾ। ਔਰ ਉਸ ਤੋਂ ਬਾਅਦ ਪਰਸੈਪਸ਼ਨ ਜੇ ਬਣੀ ਹੈ ਤਾਂ ਪਰਸੈਪਸ਼ਨ ਦੇ ਬੇਸਿਸ ਤੇ ਐਕਸੈਪਟ ਹੋਇਆ। ਚਲੋ ਪਰਸੈਪਸ਼ਨ ਦੀ ਵਜ੍ਹਾ ਕਰਕੇ ਰਿਜ਼ਾਈਨ ਦੇਣਾ ਪਿਆ ਉਹਨਾਂ ਨੂੰ। ਹਾਂ ਬਿਲਕੁਲ, ਇਹੀ ਕਹਿਣਾ ਚਾਹ ਰਹੇ ਹੋ ਨਾ? ਪਰਸੈਪਸ਼ਨ ਦੀ ਵਜ੍ਹਾ ਕਰਕੇ। ਸਿੰਦਰ ਸਿੰਘ ਬੈਂਸ, ਦੇਰ ਆਰ ਨੋ ਚਾਰਜਸ ਅਗੇਂਸਟ ਰਾਣਾ ਗੁਰਜੀਤ, ਹੀ ਇਸ ਗਾਟ ਅ ਕਲੀਨ ਚਿੱਟ। ਠੀਕ ਹੈ, ਪਰਸੈਪਸ਼ਨ ਦੀ ਵਜ੍ਹਾ ਕਰਕੇ ਰਾਣਾ ਗੁਰਜੀਤ ਸਿੰਘ ਨੂੰ ਅਸਤੀਫਾ ਦੇਣਾ ਪਿਆ। ਵਿਵਾਦ ਕੋਈ ਨਹੀਂ ਹੈਗਾ, ਸਿਰਫ ਪਰਸੈਪਸ਼ਨ। ਨਹੀਂ ਪਰਸੈਪਸ਼ਨ ਨਹੀਂ ਹੈ, ਕਲੀਨ ਚਿੱਟ ਮਿਲ ਚੁੱਕੀ ਹੈ। ਸਿੰਦਰ ਬੈਂਸ ਕਹਿ ਰਹੇ ਆ ਨਾ ਕਾਂਗਰਸ ਵਾਲੇ? ਨਹੀਂ, ਕਾਂਗਰਸ ਵਾਲੇ ਜੋ ਮਰਜ਼ੀ ਕਹਿਣ, ਦੇਖੋ ਵਿਵਾਦ ਤਾਂ ਸੀਗਾ, ਵਿਵਾਦ ਹੀ ਨਹੀਂ ਸੀਗਾ, ਬੜਾ ਓਪਨ ਤੌਰ ਦੇ ਉੱਤੇ ਐਲੀਗੇਸ਼ਨ ਲੱਗੇ ਆ। ਮੀਡੀਆ ਦੇ ਵਿੱਚ ਕੁਛ ਲੋਕ ਮੀਡੀਆ ਟ੍ਰਾਇਲ ਕਹਿ ਦਿੰਦੇ ਆ, ਰਾਣਾ ਵੀ ਕਹਿ ਦਿੰਦਾ, ਪਰ ਉਹਦੇ 'ਚ ਬੜਾ ਕਲੀਅਰ ਤੌਰ ਦੇ ਉੱਤੇ ਇਹ ਗੱਲ ਸਪਸ਼ਟ ਹੋ ਗਈ ਸੀਗੀ ਕਿ ਜਿਹੜੇ ਸੈਂਡ ਮਾਈਨਸ ਹੈ ਉਹਦੇ ਵਿੱਚ ਬਿਲਕੁਲ ਇਹਨਾਂ ਨੇ ਆਪਣੇ ਬੰਦੇ ਵਾੜ ਕੇ ਉਹਨਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਨਾਰੰਗ ਕਮਿਸ਼ਨ ਹੈ ਜਿਹੜਾ, ਉਹਨੇ ਥੋੜ੍ਹਾ ਜਿਹਾ ਪੁਆਇੰਟ ਆਊਟ ਕੀਤਾ, ਬਹੁਤੀ ਇਨਕੁਆਇਰੀ ਨਹੀਂ ਕੀਤੀ, ਕਿਉਂਕਿ ਜਿਹੜੀ ਕਮਿਸ਼ਨ ਹੈ ਜਿਹੜਾ ਇਹ ਕਹਿੰਦੇ ਆ ਜੁਡੀਸ਼ੀਅਲ ਕਮਿਸ਼ਨ ਨਹੀਂ ਹੈਗਾ, ਕਮਿਸ਼ਨ ਆਫ ਇਨਕੁਆਇਰੀ ਹੈਗਾ, ਉਹਨੂੰ ਇੱਕ ਟਰਮਸ ਆਫ ਰੈਫਰੈਂਸ ਜਿਹੜੀਆਂ ਦਿੰਦੇ ਨੇ ਉਹ ਤੋਂ ਬਾਹਰ ਨਹੀਂ ਹੋ ਜਾ ਸਕਦਾ। ਸੋ ਜੋ ਗੌਰਮੈਂਟ ਨੇ ਉਹਨੂੰ ਕਹਿਣਾ ਉਹਨਾਂ ਨੇ ਇਨਕੁਆਇਰ ਕਰਨਾ ਹੈ। ਸੋ ਰਾਣਾ ਗੁਰਜੀਤ ਦੇ ਜਿਹੜੀ ਹੈ ਉਹ ਬੜੀ ਕਲੀਅਰ ਸੀਗੀ, ਕੋਈ ਪਰਸੈਪਸ਼ਨ ਨਹੀਂ ਹੈ, ਇਟ ਵਾਸ ਓਪਨ ਕੇਸ ਸੀਗਾ, ਇਹ ਬਿਲਕੁਲ ਕਰਪਸ਼ਨ ਦਾ ਕੇਸ ਸੀਗਾ। ਇਹਦੇ 'ਚ ਮੈਂ ਇੱਕ ਜ਼ਰੂਰ ਐਡ ਕਰਨਾ ਚਾਹੂੰਗਾ ਕਿਉਂਕਿ ਉਹ ਪੰਜਾਬੀ ਦੀ ਕਹਾਵਤ ਮੈਨੂੰ ਵੀ ਯਾਦ ਆ ਗਈ ਹੈ ਕਿ ਇਸ ਵਕਤ ਜਿਹੜਾ ਰਾਣਾ ਗੁਰਜੀਤ ਹੈ ਉਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਉਹੀ ਜਿਵੇਂ ਸੱਪ ਦੇ ਮੂੰਹ 'ਚ ਕੋੜ ਕਿਰਲੀ, ਜੇ ਇਹਨੂੰ ਰੱਖਦੇ ਤਾਂ ਵੀ ਪਾਰਟੀ ਦਾ ਨੁਕਸਾਨ ਸੀ, ਜੇ ਕੱਢਿਆ ਹੋਰ ਨੁਕਸਾਨ ਹੋਇਆ, ਤੇ ਕੱਢਣ ਦੇ ਨਾਲ ਵੀ ਸਾਬਤ ਹੋ ਗਿਆ ਕਿ ਹਾਂ ਵਾਕਈ ਉਹਨੇ ਜਿਹੜਾ ਘਪਲਾ ਕੀਤਾ। ਸੋ ਉਹ ਦੋਨੋਂ ਹਾਲਤਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਜੀਸ਼ਨ ਖਰਾਬ ਹੋਈ ਹੈ। ਇਹ ਸ਼ੁਰੂ ਦੇ ਵਿੱਚ ਜਦੋਂ ਇਹ ਇਸ਼ੂ ਉੱਠਿਆ ਸੀਗਾ ਉਦੋਂ ਕੈਪਟਨ ਅਮਰਿੰਦਰ ਸਿੰਘ ਕੋਈ ਐਕਸ਼ਨ ਲੈ ਲੈਂਦੇ ਤਾਂ ਹੋ ਸਕਦਾ ਇਹਨਾਂ ਨੁਕਸਾਨ ਪਾਰਟੀ ਦਾ ਨਾ ਹੁੰਦਾ। ਚਲੋ ਬੂਟਾ ਸਿੰਘ ਬਰਾਗੀ, ਕਹਿੰਦੇ ਰੇਤੇ ਦਾ ਮਹਿਲ ਤਾਂ ਡਿੱਗਦਾ ਹੀ ਡਿੱਗਦਾ ਹੁੰਦਾ, ਅਤੇ ਸਵਾਲ ਤੁਸੀਂ ਲਗਾਤਾਰ ਚੁੱਕ ਰਹੇ ਸੀਗੇ, ਹੁਣ ਤੁਹਾਡੇ 'ਤੇ ਸਵਾਲ ਚੁੱਕਿਆ ਜਾ ਰਿਹਾ ਕਿ ਅਸੀਂ ਤਾਂ ਗੱਲ ਪੂਰੀ ਕਰ ਦਿੱਤੀ ਹੈ। ਉਹਨਾਂ ਨੇ ਇਹ ਨਹੀਂ ਕਿਹਾ ਤੁਹਾਡੀ ਗੱਲ ਪੂਰੀ ਕਰ ਦਿੱਤੀ ਹੈ, ਉਹ ਕਹਿੰਦੇ ਅਸੀਂ ਨੈਤਿਕਤਾ ਦੀ ਗੱਲ ਪੂਰੀ ਕਰ ਦਿੱਤੀ ਹੈ, ਤੁਸੀਂ ਵੀ ਨੈਤਿਕਤਾ ਦਾ ਜਵਾਬ ਦਿਓ। ਕੇਪੀ ਸਿੰਘ ਜੀ, ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੀਡੀਆ ਨੂੰ ਵਧਾਈ ਦੇਣੀ ਚਾਹੂੰਗਾ ਜਿਨ੍ਹਾਂ ਨੇ ਰਿਕੋਗਨਾਈਜ਼ ਕੀਤਾ, ਓਪੋਜੀਸ਼ਨ ਦੀ ਆਵਾਜ਼ ਨੂੰ ਪ੍ਰੋਪਰਲੀ ਕੰਸੀਡਰ ਕੀਤਾ, ਤੁਹਾਡੇ ਚੈਨਲਾਂ 'ਚ ਡਿਬੇਟ ਦਾ ਮੌਕਾ ਦਿੱਤਾ। ਸੈਕਿੰਡਲੀ, ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਵੀ ਵਧਾਈ ਦੇਣਾ ਚਾਹੂੰਗਾ ਵੀ ਕਰਪਸ਼ਨ ਪ੍ਰਤੀ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਲੜਾਈ ਵਿੱਢੀ ਸੀਗੀ, ਉਸ 'ਤੇ ਅਸੀਂ ਇੱਕ ਕਦਮ ਪੰਜਾਬ ਦੀ ਸਿਆਸਤ ਵਿੱਚ ਕਾਮਯਾਬ ਹੋਏ ਹਾਂ। ਜਿੱਥੋਂ ਤੱਕ ਗੱਲ ਤੁਸੀਂ ਹੈਗੀ ਨੈਤਿਕਤਾ ਦੇ ਆਧਾਰ ਦੀ, ਦੇਖੋ ਨੈਤਿਕਤਾ ਦਾ ਆਧਾਰ ਇੰਨੀ ਬਾਅਦ ਨਹੀਂ ਹੁੰਦਾ। ਉਹ ਆਪ ਕਹਿ ਰਹੇ ਆ ਚਾਰ ਦਾ ਮੈਂ ਦਿੱਤਾ ਸੀ ਐਲੀਗੇਸ਼ਨ, ਫਸਟ ਟਾਈਮ 19 ਮਈ 20 ਮਈ ਨੂੰ ਜਦੋਂ ਈ ਓਸ਼ਨਿੰਗ ਹੋਈ ਸੀਗੀ, ਉਦੋਂ ਬਾਅਦ ਰੈਗੂਲਰ ਮਈ ਤੋਂ ਲੈ ਕੇ ਹਜੇ ਤੱਕ ਐਲੀਗੇਸ਼ਨ ਲੱਗ ਰਿਹਾ। ਜੇ ਨੈਤਿਕਤਾ ਦੀ ਕਿਤੇ ਨੇੜੇ ਤੇੜੇ ਗੱਲ ਸੀਗੀ ਤਾਂ ਉਦੋਂ ਹੀ ਇਹਨਾਂ ਨੂੰ ਰਾਣਾ ਗੁਰਜੀਤ ਸਿੰਘ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ। ਤੁਹਾਡੀ ਨੈਤਿਕਤਾ ਦੀ ਗੱਲ ਕਰਦੇ, ਮੈਂ ਉਸ 'ਤੇ ਵੀ ਆ ਰਿਹਾ ਸਰ। ਚਲੋ ਠੀਕ ਹੈ, ਉਹਨਾਂ ਦੀ ਨੈਤਿਕਤਾ ਨਹੀਂ ਹੈਗੀ, ਤੁਸੀਂ ਉਹਨੂੰ ਖਾਰਜ ਕਰ ਦਿਓ, ਉਹ ਨੈਤਿਕਤਾ ਨਹੀਂ, ਮਜਬੂਰੀ 'ਚ ਰਿਜ਼ਾਈਨ ਕੀਤਾ ਉਹਨਾਂ ਨੇ। ਬਿਲਕੁਲ ਸਰ, ਮਜਬੂਰੀ 'ਚ ਵੀ ਕੇ ਪੀ ਸਿੰਘ ਜੀ ਕਿਉਂ ਰਿਜ਼ਾਈਨ ਕੀਤਾ? ਕਿਉਂਕਿ ਜਿਹੜੀ ਮਿਨਿਸਟਰੀ ਆਫ ਕਮਰਸ ਅਤੇ ਇੰਡਸਟਰੀਜ਼ ਆ, ਕੈਪਟਨ ਅਮਰਿੰਦਰ ਸਿੰਘ ਕੋਲ ਆ ਮਿਨਿਸਟਰੀਜ਼ ਦੋਨੇ, ਜੇ ਉਹ ਰਿਜ਼ਾਈਨ ਨਾ ਕਰਦਾ ਤਾਂ ਇਹਨੂੰ ਕੈਬਨਿਟ 'ਚੋਂ ਨਾ ਕੱਢਦੇ। ਕਿਤੇ ਨਾ ਕਿਤੇ ਮੁੱਖ ਮੰਤਰੀ ਵੀ ਇਹ ਸਾਰੀ ਕਰਪਸ਼ਨ ਦੇ ਘੇਰੇ ਦੇ ਵਿੱਚ ਆਉਂਦਾ ਸੀਗਾ, ਅਤੇ ਉਸ 'ਤੇ ਵੀ ਕਰਪਸ਼ਨ 'ਤੇ ਡਿਬੇਟ ਕੀਤੀ ਜਾਵੇ, ਕਰਪਸ਼ਨ 'ਤੇ ਡਿਬੇਟ ਕੀਤੀ ਜਾਵੇ, ਕਿਉਂਕਿ ਰਾਣਾ ਗੁਰਜੀਤ ਸਿੰਘ ਕਹਿੰਦੇ ਭ੍ਰਿਸ਼ਟਾਚਾਰ ਦਾ ਸਵਾਲ ਨਾ ਕਰੋ, ਉਹਨਾਂ ਨੇ ਮੀਡੀਆ ਨੂੰ ਵੀ ਲਤਾੜ ਲਗਾਈ ਅੱਜ। ਸਰ, ਆਪਾਂ ਕਰਪਸ਼ਨ ਦੇ ਲਈ ਤਾਂ ਬੈਠੇ ਹਾਂ, ਕਰਪਸ਼ਨ ਦੇ ਐਲੀਗੇਸ਼ਨ ਲੱਗੇ ਕਰਕੇ ਉਹਨਾਂ ਨੂੰ ਰਿਮੂਵ ਕੀਤਾ। ਚੰਦ ਸਿੰਘ ਬਰਾੜ, ਇਹ ਥੋੜ੍ਹਾ ਜਿਹਾ ਸਾਫ਼ ਕਰ ਲਈਏ ਆਪਾਂ, ਕਰਪਸ਼ਨ 'ਤੇ ਡਿਬੇਟ ਕੀਤੀ ਜਾਵੇ, ਸਿਰਫ ਰਾਣਾ ਗੁਰਜੀਤ ਸਿੰਘ
ਜਿਹੜੀ ਜਾਂਚ ਚੱਲ ਰਹੀ ਹੈਗੀ ਆ ਉਸ ਤੋਂ ਪਾਸੇ ਹੋਏ ਆ, ਲਾਂਭੇ ਹੋਏ ਆ ਕਿ ਕੈਬਨਿਟ ਮੰਤਰੀ ਦੀ ਕੁਰਸੀ ਛੱਡ ਦੇਵਾਂ ਮੈਂ ਅਤੇ ਉਹ ਜਾਂਚ ਜਿਹੜੀ ਚੱਲ ਜਾਊਗੀ ਉਦੋਂ ਬਾਅਦ ਕਲੀਨ ਚਿੱਟੇ ਕਹਿ ਰਹੇ ਆ ਦਿੱਤੀ ਹੋਈ ਹੈ ਕਮਿਸ਼ਨ। ਇੱਕ ਗੱਲ ਮੈਂ ਕਹਾਂ ਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਨੈਤਿਕਤਾ ਦੀ ਗੱਲ ਚੱਲੀ ਹੈ, ਨੈਤਿਕਤਾ ਇਹਦੇ 'ਚ ਕਿਤੇ ਨਹੀਂ ਹੈ। ਮੈਂ ਸਮਝਦਾ ਕਿ ਮੀਡੀਆ ਦੇ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਕਾਂਗਰਸ ਦੇ ਔਰ ਮੁੱਖ ਮੰਤਰੀ ਦੇ ਇੱਕ ਤਰ੍ਹਾਂ ਨਾਲ ਨੱਕ 'ਚ ਦਮ ਕਰਤਾ ਅਤੇ ਔਰ ਉਸ ਕਰਕੇ ਇਹਨਾਂ ਨੂੰ ਫੈਸਲਾ ਜਿਹੜਾ ਲੈਣਾ ਪਿਆ, ਉਹ ਭਾਵੇਂ ਰਾਹੁਲ ਗਾਂਧੀ ਜੀ ਦੀ ਘੁਰਕੀ ਨਾਲ ਲੈਣਾ ਪਿਆ ਜਾਂ ਜਿੱਦਾਂ ਵੀ ਲੈਣਾ ਪਿਆ, ਚਲੋ ਇਹਨਾਂ ਦਾ ਇੰਟਰਨਲ ਮਾਮਲਾ, ਅਸੀਂ ਉਸ ਗੱਲ ਤੋਂ ਲੈਣਾ ਕੀ ਹੈ। ਪਰ ਮੇਰਾ ਤਾਂ ਸਵਾਲ ਇਹ ਹੈਗਾ ਕਿ ਇਹ 6 ਮਹੀਨੇ 7 ਮਹੀਨੇ ਲਗਭਗ ਲੰਘ ਗਏ ਆ ਜਿਸ ਦਿਨ ਦੇ ਐਲੀਗੇਸ਼ਨ ਲੱਗੇ ਸੀ, ਇਹ 6-7 ਮਹੀਨੇ ਕਿਹਨੇ ਖੁੱਲ੍ਹ ਦਿੱਤੀ ਜਿਹਦੇ 'ਤੇ ਐਡੇ ਵੱਡੇ ਚਾਰਜਸ ਲੱਗ ਗਏ ਹੁਣ? ਕਿਉਂਕਿ ਪਬਲਿਕਲੀ ਚਾਰਜਸ ਲੱਗ ਜਾਣੇ ਇਹ ਸਭ ਤੋਂ ਵੱਡਾ ਹੁੰਦਾ ਔਰ ਡਾਕੂਮੈਂਟਰੀ ਪਰੂਫ ਹੈ ਕਿ ਕਿਸ ਤਰ੍ਹਾਂ ਅਮਿਤ ਬਹਾਦਰ 72,000 ਰੁਪਏ ਸਾਲਾਨਾ ਦੀ ਜਿਹੜਾ ਆਮਦਨ ਵਾਲਾ ਬੰਦਾ ਜਾਂ 92,000 ਸਾਲਾਨਾ ਦੀ ਆਮਦਨ ਵਾਲਾ ਬੰਦਾ 32-32, 29-29 ਕਰੋੜ ਦੀਆਂ ਖੱਡਾਂ ਲੈ ਗਿਆ। ਇਸੇ ਤਰ੍ਹਾਂ ਜਿਹੜਾ ਸੀਗਾ ਜਿਹੜਾ ਨਾਰੰਗ ਕਮਿਸ਼ਨ ਬਣਾਇਆ ਉਹਨਾਂ ਦਾ ਬੇਟਾ ਕਿਵੇਂ ਇਹਨਾਂ ਨਾਲ ਇਨਵੋਲਵ ਸੀਗਾ, 100 ਕਰੋੜ ਦਾ ਈ ਡੀ ਦਾ ਸੰਮਣ ਤੁਹਾਡੇ ਸਾਹਮਣੇ ਆ ਗਿਆ। ਈਵਨ ਇੱਥੋਂ ਤੀਕਰ ਕਿ ਐਡੇ ਸਾਹਿਬੇ ਜਾਇਦਾਦ ਹੋਣ ਦੇ ਬਾਵਜੂਦ ਕਿਸੇ ਦੀ ਕੋਠੀ ਸੀ ਉਹ ਨਹੀਂ ਛੱਡੀ, ਉਹ ਵੀ ਕੋਰਟ ਨੇ ਆਰਡਰ ਕੀਤਾ, ਉਹ ਵੀ ਅਖਬਾਰਾਂ ਨੇ ਖਿਲੀ ਉਡਾਈ। ਮੇਰੇ ਕਹਿਣ ਦਾ ਮਤਲਬ ਕਿ ਇਹ ਇਹਨਾਂ ਦੇ ਗਲੇ ਦੀ ਹੱਡੀ ਬਣ ਚੁੱਕਿਆ ਸੀ, ਇਸ ਕਰਕੇ ਮਜਬੂਰੀ ਵੱਸ ਫੈਸਲਾ ਲੈਣਾ ਪਿਆ ਮੁੱਖ ਮੰਤਰੀ ਸਾਹਿਬ ਨੂੰ। ਪਹਿਲਾ ਵਿਕਟ ਡਿੱਗਿਆ 100% ਕਰਪਸ਼ਨ ਕਰਕੇ। ਉਹ ਰਾਣਾ ਗੁਰਜੀਤ ਸਿੰਘ ਕਹਿ ਰਿਹਾ ਕਰਪਸ਼ਨ ਦਾ ਸਵਾਲ ਨਾ ਕਰੋ, ਉਹਨਾਂ ਨੇ ਅੱਜ ਮਨਾ ਕੀਤਾ ਮੀਡੀਆ ਨੂੰ ਚੈਲੰਜ ਕਰਦੇ ਆ। ਮੈਂ ਇੱਕ ਹੋਰ ਬੇਨਤੀ ਕਰਦੇ ਆ, ਮੁੱਖ ਮੰਤਰੀ ਸਾਹਿਬ ਦੀ ਖੁਦ ਦੀ ਸਰਪ੍ਰਸਤੀ ਸੀ ਜਿਹਦੇ ਕਰਕੇ 6-7 ਮਹੀਨੇ ਲੰਘਿਆ। ਹੁਣ ਉੱਪਰੋਂ ਵੀ ਝਿੜਕਾਂ ਵੱਜੀਆਂ ਔਰ ਥੱਲੋਂ ਵੀ ਪਬਲਿਕ 'ਚ ਸਵਾਲ ਬਣਿਆ ਤੇ ਤਾਂ ਹੈ। ਔਰ ਇਹ ਇਹ ਹੀ ਨਹੀਂ, ਮੁੱਖ ਮੰਤਰੀ ਦੇ 2 ਸਭ ਤੋਂ ਵੱਡੇ ਚਹੇਤੇ ਦੀਆਂ ਵਿਕਟਾਂ ਡਿੱਗਣਾ, ਭਾਵੇਂ ਸੁਰੇਸ਼ ਕੁਮਾਰ ਜੀ ਚੰਗੇ ਅਫਸਰ ਨੇ, ਅਸੀਂ ਕੋਈ ਅਫਸਰ ਦੇ ਤੌਰ ਤੇ ਉਹਨਾਂ ਦੇ ਕੋਈ ਉਂਗਲ ਨਹੀਂ ਠਾਉਣੀ ਚਾਹੁੰਦੇ, ਪਰ ਉਸ ਸਰਕਾਰ ਦੇ ਫੈਸਲਿਆਂ ਦੀ ਕੀ ਅਹਿਮੀਅਤ ਹੋ ਸਕਦੀ ਹੈ ਕਿ ਜਿਹੜਾ ਖੁਦ ਦੇ ਉਹਦੇ ਆਰਡਰ ਹੈ ਉਹੀ ਉਹ ਵੀ ਵੱਖਰਾ ਮੁੱਦਾ ਹੈਗਾ, ਸੁਰੇਸ਼ ਕੁਮਾਰ ਦਾ ਵੱਖਰਾ ਨਾਲ ਜੁੜਿਆ ਹੋਇਆ ਸਰਕਾਰ ਦੀ ਸਾਰੀ ਜਿਹੜੀ ਕਾਰਜਸ਼ੀਲਤਾ ਹੈ ਉਹਦੇ ਉੱਤੇ ਪ੍ਰਸ਼ਨ। ਚਲੋ ਠੀਕ ਹੈ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਆ ਦਲੀਲਾਂ ਹੋ ਗਈਆਂ ਨੇ, ਵਕੀਲ ਸਾਹਿਬ ਦੇ ਕੋਲ ਜਾਣਾ ਹੈਗਾ, ਪੁੱਛਣਾ ਹੈਗਾ ਕਿ ਪੂਰਾ ਮਾਮਲਾ ਹੈ ਕੀ ਹੈ, ਬ੍ਰੇਕ ਤੋਂ ਬਾਅਦ ਆ ਕੇ ਪੁੱਛਾਂਗੇ। ਲੋਕਾਂ ਦੀ ਵਿਰੋਧੀਆਂ ਦੀ ਕਦਰ ਕਰਨੀ ਜਾਣਨੀ ਸਿੱਖੋ। ਇਹ ਕਹਿੰਦਾ ਸੀ ਕੌਣ ਹੈ ਖੇਰਾ, ਲੱਗਿਆ ਨਾ ਪਤਾ ਤੈਨੂੰ, ਲੱਗਿਆ ਨਾ ਪਤਾ, ਕਹਿੰਦਾ ਸੀ ਕੌਣ ਹੈ ਖੇਰਾ, ਅੱਜ ਉਹ ਵਜ਼ੀਰ ਨਹੀਂ ਗਾ ਔਰ ਉਸ ਵਾਹਿਗੁਰੂ ਪਰਮਾਤਮਾ ਤੋਂ ਡਰ ਕੇ ਕਹਿੰਦਾ ਵਾ ਕਿ ਅੱਜ ਮੈਂ ਵਜ਼ੀਰ। ਮਨਪ੍ਰੀਤ ਸਿੰਘ ਬਣੀ ਸੰਤੋ, ਕੁਰਸੀ ਚਲੀ ਗਈ ਹੈ ਪਰ ਰਾਣਾ ਨਹੀਂ ਗਿਆ, ਰੱਸੀ ਜਲ ਗਈ ਹੈ ਵੱਲ ਨਹੀਂ ਗਿਆ। ਦੇਖੋ ਇਹ ਪਰਸਨਲ ਉਹਨਾਂ ਦੇ ਕਮੈਂਟਸ ਨੇ ਦੋਨਾਂ ਦੇ ਇੱਕ ਦੂਜੇ ਵਾਸਤੇ, ਦੋਨਾਂ ਸਾਰੇ ਜੱਗ ਨੂੰ ਪਤਾ, ਪੰਜਾਬ ਨੂੰ ਸਾਰੇ ਨੂੰ ਪਤਾ ਕਿ ਆਪਸ ਦੇ ਵਿੱਚ ਇਹਨਾਂ ਦੀ ਦੋਨਾਂ ਦੀ ਕੋਈ ਬਹੁਤ ਜ਼ਿਆਦਾ ਟਰਮਸ ਅੱਛੀਆਂ ਵੀ ਨਹੀਂ ਹੈਗੀਆਂ ਪਰਸਨਲ ਤੌਰ 'ਤੇ ਵੀ, ਕਿਉਂਕਿ ਇਹਨਾਂ ਦੇ ਹਲਕੇ ਵੀ ਨਾਲ ਲੱਗਦੇ ਨੇ ਇੱਕ ਦੂਜੇ ਦੇ, ਤਾਂ ਪਰਸਨਲ ਰੰਜਿਸ਼ਬਾਜੀ ਜੀ ਹੈਗੀ ਹੈ ਆਪਸ ਦੇ ਵਿੱਚ, ਦੋਨੋਂ ਜਣੇ ਇੱਕ ਦੂਜੇ 'ਤੇ ਪਰਸਨਲ ਐਲੀਗੇਸ਼ਨਸ ਲਗਾਉਂਦੇ ਨੇ। ਮੈਂ ਕਹਿੰਦਾ ਜਿਹੜੇ ਕੋਈ ਐਲੀਗੇਸ਼ਨਸ ਨੇ ਰਿਗਾਰਡਿੰਗ ਦੀ ਵਰਕਿੰਗ ਔਰ ਰਿਗਾਰਡਿੰਗ ਦੀ ਪਰਫਾਰਮੈਂਸ, ਉਹ ਜਾਇਜ਼ ਨੇ ਇੱਕ ਦੂਜੇ। ਚਲੋ ਪਰਸਨਲ ਮੈਚ ਤੁਸੀਂ ਪੋਲੀਟੀਕਲ ਫਰੰਟ ਤੇ ਹਾਰ ਗਏ, ਇਹ ਤਾਂ ਤੁਸੀਂ ਹੁਣ ਮੰਨੋਗੇ ਨਾ, ਪਰਸਨਲ ਮੈਚ ਪੋਲੀਟੀਕਲ ਫਰੰਟ ਤੇ ਤੁਸੀਂ ਹਾਰ ਗਏ। ਦੇਖੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜੇ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਦੇਖੋ ਇੱਕ ਹਰ ਚੀਜ਼ ਦਾ ਇੱਕ ਪ੍ਰੋਸੈਸ ਹੈ, ਲਾਅ ਦਾ ਵੀ ਪ੍ਰੋਸੈਸ ਹੈਗਾ। ਰਾਣਾ ਗੁਰਜੀਤ ਤੇ ਕੋਈ FIR ਕੋਈ ਇਨਕੁਆਇਰੀ ਨਹੀਂ ਹੈਗੀ ਪੈਂਡਿੰਗ। ਜੇ ਨਾਰੰਗ ਕਮਿਸ਼ਨ ਨੇ ਇਨਕੁਆਇਰੀ ਕੀਤੀ ਸੀਗੀ, ਨਾਰੰਗ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ, ਉਹਦੇ 'ਚ ਉਹਨੂੰ ਕਲੀਨ ਚਿੱਟ ਦਿੱਤੀ ਗਈ ਹੈ, ਠੀਕ ਹੈ। ਜੇ ਕਿਸੇ ਪ੍ਰਤੀਦਵੰਦੀ ਨੂੰ ਓਪੋਜੀਸ਼ਨ ਵਾਲਿਆਂ ਨੂੰ ਉਹਦੇ 'ਤੇ ਡਾਊਟ ਹੈਗਾ ਉਸ ਚੀਜ਼ ਦੇ ਨਹੀਂ ਮੰਨਦੇ ਹੈਗੇ, ਦੇ ਆਰ ਫਰੀ ਟੂ ਟੇਕ ਐਨੀ ਲੀਗਲ ਰਿਕੋਰਸ, ਠੀਕ ਹੈ। ਇਨ ਸਪਾਈਟ ਆਫ ਦੈਟ ਰਾਣਾ ਗੁਰਜੀਤ ਨੇ ਆਪਣਾ ਰੈਜ਼ਿਗਨੇਸ਼ਨ ਟੈਂਡਰ ਕੀਤਾ ਸਿਰਫ ਔਨ ਦੀ ਬੇਸਿਸ ਆਫ ਪਬਲਿਕ ਪਰਸੈਪਸ਼ਨ ਦੇ ਵਿੱਚ, ਕਿ ਪਬਲਿਕ ਦੇ ਵਿੱਚ ਇਹ ਗੱਲ ਪਰਸੈਪਸ਼ਨ ਹੋ ਰਹੀ ਸੀਗੀ ਕਿ ਇੱਥੇ ਕੋਈ ਗੜਬੜ ਹੋਈ ਹੈ। ਉਹ ਕਹਿੰਦਾ ਜੀ ਜਦ ਜੇ ਗੜਬੜ ਹੋਈ ਹੈ ਮੈਂ ਅਸਤੀਫਾ ਦੇ ਦਿੰਦਾ, ਇਹ ਇਨਕੁਆਇਰੀ ਕਰ ਲਓ। ਠੀਕ ਹੈ, ਇਹ ਸਾਰੀ ਬਹਿਸ ਸਿਆਸਤ ਦੀ ਬਹਿਸ ਚੱਲ ਰਹੀ ਹੈ ਕੀ ਹੈ, ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਇਹ ਸਾਰੇ ਪ੍ਰੋਸੈਸ ਨੂੰ ਕਿਵੇਂ ਦੇਖਦੇ ਹੋ? ਇਹ ਕਮਿਸ਼ਨ ਨੂੰ ਕਿਸ ਤਰੀਕੇ ਨਾਲ ਅਸਟੈਬਲਿਸ਼ ਕੀਤਾ ਜਾ ਰਿਹਾ ਕਿ ਕਮਿਸ਼ਨ ਨੇ ਕਲੀਨ ਚਿੱਟ ਦੇ ਦਿੱਤੀ ਉਸ ਤੋਂ ਬਾਵਜੂਦ ਪਰਸੈਪਸ਼ਨ ਦੀ ਵਜ੍ਹਾ ਕਰਕੇ, ਇਹ ਸਿਰਫ ਪਰਸੈਪਸ਼ਨ ਹੈ? ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਜਿਹੜੀ ਕਮਿਸ਼ਨ ਬਣਿਆ ਨਾ, ਉਹਦੇ ਬਾਰੇ ਜ਼ਰੂਰ ਜਾਣਨਾ ਚਾਹੀਦਾ ਕਿ ਕਮਿਸ਼ਨ ਦਾ ਇੱਕ ਜਾਂਚ ਕਮਿਸ਼ਨ ਇਸ ਗੱਲ 'ਤੇ ਆ ਕਿ ਕੀ ਇੱਕ ਪਰਟੀਕੁਲਰ ਪਰਸਨ ਨੇ, ਇੱਕ ਆਦਮੀ ਨੇ, ਮੰਤਰੀ ਨੇ ਕੋਈ ਕਰਪਸ਼ਨ ਕੀਤੀ ਆ ਜਾਂ ਉਹਦੇ ਵਿੱਚ ਕੁਝ ਉਹਦੇ ਖਿਲਾਫ਼ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਕੀ ਸਬੂਤ ਉਹਦੇ ਖਿਲਾਫ਼, ਇਸ ਗੱਲ ਦੇ ਉੱਤੇ ਜਾਂਚ ਕਮਿਸ਼ਨ ਜਿਹੜਾ ਬਣਾਇਆ।
सब तो पहला तो बहुत जरूरी है कि निरपक्ष और आजाद किस्म का जोड़ा है वह जाँच कमीशन हो जिदे उत्ते कोई उंगल ना कर सके क्योंकि एक न्याय करना होंगे कि जिदे हो कि हाँ ये बंदा न्यूट्रल है किसी तरह का कोई पक्ष नहीं लूगा आजाद सौ तौर के उत्ते निरपक्ष तौर सच्चाई सामने लियागी मैं उस गल तैयार जितों तक नारंग जस्टिस नारंग का संबंध है ये पिछे आया और मनिया भी गया उन्होंने वालों कि हाँ साढ़े जेडे राणा परिवार जोड़ा वो साढ़े जोड़े संबंध है वह है और रीसेंट जी एक एफ आई आर दर्ज हुई इन्हों के नैफ्यूज़ के उत्ते मुलांपुर थाने के एक जमीन के जोड़ा बहुत व्डा फ्राड से वेचन का वो जे दो नैफ्यू से राणा प्रभदीप सिंह और राणा हरदीप सिंह एक जांच उत्ते जी एफ आई आर दर्ज हुई और उस केस के जो हाईकोर्ट के उसकी जमानत पाई गई तो ए एस नारंग जेडे कि इन्हों नैफ्यू ने जस्टिस नारंग दे वालों पेश हुए ने जेडे कि बहुत नेड़े दे जेडे रिश्तेदार है वो इन दे राणा गुरजीत सिंह दे वो है सी इस करके इहदे तो साफ जाहर हुंदा है कि उन्हां दा परिवारक तरीके नाल सीधे तौर दे उत्ते संबंध रहे ने और जदों इस तरह के संबंध जेडे सामने आउण तां इह बहुत औखा हुंदा है कि उस जी निरपक्ष आजाद जी जी है वो जाँच हो सके इस तो पहला भी जो तुम्हें याद होएगा जो बी के राय इतने चीफ जस्टिस सी उस वेले भी जो नारंग के दो बेटे से उन्होंने इतने एक ला अकैडमी खोलण के लिए चंडीगढ़ के प्लाट दिए गए थे जिहड़ा कि हाईकोर्ट के केस चलिया उस वेले जस्टिस नारंग सिटिंग जज से हाईकोर्ट के और वो केस जिहड़ा बी के राय की कोर्ट के चलिया जिदे पाया गया कि ये जेडे प्रोसीजर और जेडे नियम है उन्होंने उलंघ के ये प्लाट जिहड़ा दिता गया जो कि बच्चे अजे पढ़ रहे हैं और उन्होंने कोई एक्सपीरियंस नहीं इस तरह का ला कॉलेज खोलन का वह भी इतने चंडीगढ़ के वो जिहड़ा प्लाट से उन्होंने रद्द किया गया उस वेले ये जजमेंट जिहड़ी आ ऑन रिकॉर्ड है तो घट्टो घट मेरे कहने का मतलब है कि जिहड़ा एक कमीशन है वह निरपक्ष जरूर होना चाहिए वो आजाद जरूर होना चाहिए ताकि कोई भी उंगल ना कर सके ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਮਿਸ਼ਨ ਦੇ ਮਾਮਲੇ ਵਿੱਚ ਫਿਕਸਿੰਗ ਹੋਈ ਹੈ ਮੈਂ ਸਮਝਦਾ ਕਿ ਇਹ ਜ਼ਰੂਰ ਫਿਕਸ ਕੀਤੀ ਗਈ ਆ ਔਰ ਇਹ ਇੱਕ ਕੋਸ਼ਿਸ਼ ਸੀ ਇੱਕ ਅਟੈਂਪਟ ਸੀ ਕਿ ਜਿਹੜੀ ਇਸ ਨੂੰ ਰਾਣਾ ਸਾਹਿਬ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਜਾਵੇ ਪਰ ਕਿਉਂਕਿ ਸਿੱਧਾ ਡਾਕੂਮੈਂਟਰੀ ਪ੍ਰੂਫ ਸੀ ਡਾਕੂਮੈਂਟਰੀ ਪ੍ਰੂਫ ਸੀ ਔਰ ਇਸ ਗੱਲ ਤੋਂ ਨਹੀਂ ਸੀ ਮੁਕਰਿਆ ਜਾ ਸਕਦਾ ਕਿ ਉਹਨਾਂ ਦੇ ਇੰਪਲੋਈ ਸੀ ਦੋਨੋਂ ਜਾਣੇ ਚਲੋ ਠੀਕ ਠੀਕ ਇਸ ਕਰਕੇ ਮੈਂ ਸਮਝਾਂ ਕਿ ਕਮਿਸ਼ਨ ਹੈ ਜਿਹੜਾ ਉਹ ਖਾਰਜ ਹੋ ਗਿਆ ਮੈਂ ਸਮਝਦਾ ਕਿ ਕਮਿਸ਼ਨ ਜ਼ਰੂਰ ਬਾਇਸ ਸੀ ਔਰ ਖਾਰਜ ਹੋ ਗਿਆ ਜਿਹੜੀ ਕਲੀਨ ਚਿੱਟ ਨੂੰ ਦਿੱਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਸਾਹਮਣੇ ਆਇਆ ਔਰ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਇਸ ਤੋਂ ਜਿਹੜਾ ਕਮਿਸ਼ਨ ਹੈ ਉਹਦੀ ਜਿਹੜੀ ਬਣਤਰ ਹੈ ਜਾਂ ਉਹਦੀ ਜਿਹੜੀਆਂ ਫਾਈਂਡਿੰਗ ਹੈ ਉਹਦੇ ਉੱਤੇ ਕੁਐਸਚਨ ਮਾਰ ਪਿਛੇ ਬਣੀ ਸੰਤੂ ਹੁਣ ਤਾਂ ਮੰਨ ਲਓ ਕਿਸੇ ਵੀ ਕਮਿਸ਼ਨ ਹੈ ਜਿਹੜਾ ਉਹ ਜਿਵੇਂ ਸੁਖਪਾਲ ਸਿੰਘ ਖਹਿਰਾ ਵੀ ਇਲਜ਼ਾਮ ਲਗਾ ਰਹੇ ਬੋਗਸ ਸੀਗਾ ਅਕਾਲੀ ਦਲ ਵੀ ਲਗਾਤਾਰ ਕਹਿ ਰਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਅਸੀਂ ਕਮਿਸ਼ਨ ਨੂੰ ਨਹੀਂ ਮੰਨਦੇ ਇਸ ਨੂੰ ਹੁਣ ਤਾਂ ਮੰਨ ਲਓ ਤੁਸੀਂ ਹੁਣ ਵੀ ਨਹੀਂ ਮੰਨਦੇ ਦੇਖੋ ਗੱਲ ਇਹ ਹੈ ਯੂ ਆਰ ਰੇਜ਼ਿੰਗ ਡਾਊਟਸ ਆਨ ਦੀ ਇੰਟੈਗ੍ਰਿਟੀ ਆਫ ਅ ਜੱਜ ਇਹ ਤਾਂ ਵਕੀਲ ਸਾਹਿਬ ਬੈਟਰ ਜਾਣਦੇ ਹੋਣਗੇ ਵੀ ਜੋ ਇਹ ਗੱਲ ਕਹਿ ਰਹੇ ਨੇ ਨਹੀਂ ਉਹਨਾਂ ਨੇ ਤੱਥ ਦਿੱਤੇ ਆ ਨਾ ਰਾਣਾ ਪ੍ਰਭਦੀਪ ਰਾਣਾ ਹਰਦੀਪ ਫਿਰ ਈਡੀ ਵਾਲਾ ਕੇਸ ਹੋਰ ਬੜਾ ਕੁਝ ਦੱਸਿਆ ਸਿਰਫ ਨਾਮ ਲੈਣ ਨਾਲ ਕੁਝ ਨਹੀਂ ਹੁੰਦਾ ਕੀ ਪਤਾ ਨਾਰੰਗ ਦੇ ਭਤੀਜੇ ਦੀ ਉਹਦੇ ਚਾਚੇ ਨਾਲ ਬਣਦੀ ਵੀ ਹੈ ਕਿ ਨਹੀਂ ਹੈ ਸ਼ਰੀਕ ਆਪਸ ਬਣਦੀ ਵੀ ਹੈ ਕਿ ਨਹੀਂ ਇਹ ਤਾਂ ਠੀਕ ਹੈ ਕੋਇਨਸੀਡੈਂਸ ਹੋ ਸਕਦਾ ਮੈਂ ਡਿਨਾਈ ਨਹੀਂ ਕਰ ਰਿਹਾ ਲੇਕਿਨ ਮੈਂ ਇਹ ਕਹਿ ਰਿਹਾ ਕੀ ਪਤਾ ਉਹਦੀ ਆਪਸ ਬਣਦੀ ਵੀ ਹੈ ਕਿ ਨਹੀਂ ਬਣਦੀ ਹੈ ਐਲੀਗੇਸ਼ਨ ਲਗਾਉਣਾ ਬੜਾ ਸੌਖਾ ਹੈ ਮੇਰਾ ਕਹਿਣ ਦਾ ਇਹੀ ਮਤਲਬ ਹੈਗਾ ਕਿ ਐਵਰੀਥਿੰਗ ਹੈਜ਼ ਟੂ ਟੇਕ ਸਮ ਪ੍ਰੋਸੈਸ ਆਫ ਲਾਅ ਨਾ ਤਾਂ ਰਾਣੇ ਤੇ ਕੋਈ ਐਫ ਆਈ ਆਰ ਹੈ ਨਾ ਕੋਈ ਕੇਸ ਦਰਜ ਹੈ ਇਹਨਾਂ ਨੂੰ ਜੇ ਆਪੋਜੀਸ਼ਨ ਨੂੰ ਇੰਨਾ ਹੀ ਡਾਊਟ ਹੈਗਾ ਇੰਨਾ ਹੀ ਕੁਝ ਹੈਗਾ ਕੋਰਟ ਕਿਉਂ ਨਹੀਂ ਚਲੋ ਇਹਦਾ ਮਤਲਬ ਰਸਤਾ ਇਹਦਾ ਮਤਲਬ ਰਸਤਾ ਖੁੱਲਾ ਹੈ ਜੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਪਰਮਾਨੈਂਟਲੀ ਮਿਲਦੀ ਹੈ ਤਾਂ ਵਾਪਸ ਉਹ ਕੈਬਨਿਟ ਚੋਣਗੇ ਮੈਂ ਨਹੀਂ ਕਹਿ ਰਿਹਾ ਹਾਂ ਫਿਰ ਇਹ ਹਾਈ ਕਮਾਂਡ ਦੀ ਮਰਜ਼ੀ ਹੈਗੀ ਹੈ ਅੱਛਾ ਹਾਈ ਕਮਾਂਡ ਦੀ ਮਰਜ਼ੀ ਹੈ ਚੰਨੀ ਬਰਾੜ ਮੇਰੀ ਰਿਕੁਐਸਟ ਇਹ ਹੈਗੀ ਹੈ ਜੇ ਮੁੱਖ ਮੰਤਰੀ ਸਾਹਿਬ ਵਾਕਈ ਆਪਣੇ ਆਪ ਨੂੰ ਇਸ ਜਿਹੜੀ ਰੇਤ ਪਈ ਹੈ ਸਣੇ ਉਹਨਾਂ ਦੇ ਸਿਰ ਤੱਕ ਵੀ ਪਹੁੰਚੀ ਹੈ ਜੇ ਉਹਨੂੰ ਸਾਫ਼ ਕਰਨਾ ਚਾਹੁੰਦੇ ਹੈ ਕਮਿਸ਼ਨਾਂ ਨੂੰ ਜਿਵੇਂ ਅਸੀਂ ਤਿੰਨਾਂ ਨੂੰ ਹੀ ਖਾਰਜ ਕੀਤਾ ਕਿਰਪਾ ਕਰਕੇ ਮਾਨਯੋਗ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂ ਮਾਨਯੋਗ ਕਿਸੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂ ਸੀਬੀਆਈ ਨੂੰ ਜੇ ਠੀਕ ਸਮਝਦੇ ਹੋ ਮੇਰੀ ਗੱਲ ਤਾਂ ਪੂਰੀ ਕਰਨ ਦੇਣਾ ਜੀ ਤੁਸੀਂ ਤਾਂ ਡਿਨਾਈ ਕਰਨੀ ਹੈ ਸਾਨੂੰ ਪਤਾ ਹੈ ਕਿਉਂਕਿ ਜੇ ਚਹੇਤਿਆਂ ਨੂੰ ਕਮਿਸ਼ਨ ਬਣਾਉਣੇ ਤਾਂ ਰਿਜ਼ਲਟ ਆਹੀ ਹੈ ਐਫ ਆਈ ਆਰ ਹੋਊਗੀ ਕਿਵੇਂ ਜਿਨ੍ਹਾਂ ਨਾਲ ਸਾਂਝਦਾਰੀਆਂ ਨਾਲ ਕੰਮ ਸ਼ੁਰੂ ਕੀਤੇ ਹੋਏ ਆ ਆ ਹਾਈਕੋਰਟ ਦੇ ਵਿੱਚ ਕਿੱਡਾ ਵੱਡਾ ਮਸਲਾ ਹੈ ਤਾਂ ਸਾਡੇ ਤਾਂ ਹਾਲੇ ਤੱਕ ਯਾਦ ਚੇਤਾ ਨਹੀਂ ਸੀ ਚਲੋ ਇਹ ਵਕੀਲ ਸਾਹਿਬ ਨੇ ਯਾਦ ਕਰਾਤਾ ਹੁਣ ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਇਸ ਕਰਕੇ ਬੇਨਤੀ ਹੈ ਕਿ ਇਹ ਮੁੱਖ ਮੰਤਰੀ ਸਾਹਿਬ ਨੂੰ ਬੜਾ ਵੱਡਾ ਮੈਂਡੇਟ ਪੰਜਾਬ ਦੇ ਲੋਕਾਂ ਨੇ ਦਿੱਤਾ ਕਿਰਪਾ ਕਰਕੇ ਇਹ ਜਿਹੜੀ ਰੇਤ ਸਾਰਿਆਂ ਦੇ ਸਿਰਾਂ ਤੱਕ ਪਹੁੰਚੀ ਹੈ ਇਹਨੂੰ ਧੋਣ ਦੇ ਲਈ ਸਾਰੇ ਕਮਿਸ਼ਨ ਭੰਗ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਲਿਖਣ
और एक सुप्रीम कोर्ट के जज साहब तो महीना डेढ़ महीने का समा या दो महीने का समय की रिक्वेस्ट करके सारे केसों की जांच करा के जो कानूनी कार्रवाई है वो की जाए। चलो ठीक है बुढ़ा साहब मेरा तुम उस सवाल का जवाब हजे दिता नहीं गा सुखपाल सिंह खहरा की सियासी नैतिकता से सवाल पूछे जा रहे हैं। देखो आप के पी सिंह जी काफ़ी भी डिबेट लंबी चौड़ी उस विषय से कर चुके हैं किमें समनिंग हुई है कदों की एफ आई आर लॉन्च हुई थी किमें सज़ा हुई है मैं जो सारे फैक्टा जाऊँगा सिर्फ एक जवाब दे दो नहीं देना इस्तीफा या देना ये टोटली वक्री गल है सर वो टोटली वक्री गल है इन्हों का आपस में दूर का भी कोई लेना देना नहीं गा वो जो प्रोसीजर है देखो सुप्रीम कोर्ट में मैटर पेंडिंग आ तुम मैं जो उससे चाहते हो तो आप उससे स्टार्ट कर लें फैक्चुअली कदों एफ आई आर हुई कदों किमें बयान दवाए गए मैंने तो मना ही लिया है ना ट्रायल चलता जिवें भी सीगा उदों सुखपाल सिंह खहरा तां कोई सीएम नहीं सी उह तां कोई वजीर नहीं सीगे बाकी जिथों तक मैं गल करां इह सारा कमिशन्स दी गल होई आ 2 जनवरी नूं लीडर ऑफ ओपोजिशन सुखपाल सिंह खहरा ने ओपन लैटर लिख के कहा सीगा भी इह कमिशन ने धोखा दिता वा मिसलीड किया पंजाब की जनता को असी 5 पॉइंट भी कोड किए एवें हवा च नहीं भी कमीशन आ भी असी विरोधी हाँ तो कमीशन नकार दो जो सरकार 5 बकायदा फैक्ट उ गिने से जिन्हों करके असी वो कमीशन की क्रेडिबिलिटी के क्वेश्चन उठाए से क्या कमीशन नू माफ़ी मंगनी चाहिए आ पंजाब के लोगों तो क्योंकि उन्होंने पंजाब के टैक्सपेयर की उन्होंने मनी गई आ इत्थे कमीशन बुरी तरह नाल फेल होया जिहड़ी श्रोमणी अकाली दल मंग कर रहा हाई कोर्ट के सिटिंग जज तो जांच होनी चाहिए है तुसीं उस नाल इतफाक रखते हो। मैं तो कहना जांच नहीं सर हुण तो एफ आई आर होनी चाहिए है एफ आई आर होनी प्रॉपर प्रोसीजर क्योंकि ही इज नॉट एग्जैक्टिव च नहीं हो हुण मिल गया एफ आई आर होवे प्रॉपर हुण ही मांग कर रहे कि केस चलना चाहिए। चलो इन्हें तो ठीक है एक डिमांड हैगी है तो वो डिमांड के उत्ते मैं तो कुछ नहीं कह सकता पर मैं सिर्फ इन्ना जरूर कहूँगा जी आप कमिश्नर की गल कर रहे हैं कि सारिया पोलीटल पार्टियां ने एक धंधा बना लिया है कि कमिश्न बनाओ क्लीन चिट देने वास्ते सिकंदर सिंह मलूका इन्हों के अकाली दल के मिनिस्टर से उन्होंने तो बुक स्कैम का किड्डा बड़े एलीगेशन लगे थे उन्होंने अपनी नूह उ ला के डायरेक्टोरेट के दो तीन मंत्री कुर्सी भी गई सारा कुछ गई पर वापस आ गए तो वो की है कि कमिशन एक क्लीन चिट देने वास्ते एक जरिया कढ़ लिया इन्होंने सो सारिया पार्टियां कर दियाँ कैप्टन अमरिंदर सिंह के मुंडे के उत्ते पिछली सरकार के भी एलीगेशन लगे थे तुम्हें याद होना उस बाहर जी मनी लॉन्डरिंग वगैरह का सिखा गया कंपनी बना के किया उदों भी कमिशन बना के अपने मुंडे ने क्लीन चिट दवाई सी राणा गुरजीत केस भी यही होया यही कुछ अकाली दल की सरकार चुंदा रहा सो एक जो जरिया लभ लिया है हुण बड़ा एक्सपोज हो चुके हैं मैं लगता कोई नवे इन्होंने कानून कढ़ने चाहिए नवा तरीका कढ़ना चाहिए है और दूजा जिहड़ा मैंने एक सवाल होर भी है जो असी किसी जस्टिस का जिक्र करते हैं जस्टिस शब्द अगे लग जाता ना सूँ लगता कि बहुत ठीक होगा सारा कुछ नहीं एक चलो लोगों विश्वास होंगे वो जस्टिस रिटायर्ड भी लगता वे पिछले ठीक है ना जस्टिस जो आप लिखते हैं रिटायर हो गए तो आप नियम कानून भुल जाओ देखो वो बंदा एक्सपोज उदो होंगे हम नारंग साहब की तुम गल करते हो जे एस नारंग उन्होंने अपने ज सिटिंग जज होंद अपने उन्होंने बेटिया दवाया प्लॉट दवाया ठीक है ना तो यह मतलब जो हूँ बंदा कैंसल किया गया हाई कोर्ट वो एक्सपोज हो गया बंदा हूँ फिर दोबारा उही कुछ किया उन्हें तो बंदा जिहड़ा है अपनी क्रेडिबिलिटी उन्हें गवाई है ठीक है ना सरकार की क्रेडिबिलिटी तो जानी ही जानी सी वो अपनी भी गई सो ये जो जस्टिस बनते हैं हूँ अकाली दल के सिकंदर सिंह मलूके की जिन्हें कमिशन का बनया चेयरमैन वो भी बाद एडजस्ट किया किसी लाक इन्हें मैं याद नहीं आ रहा कि कमिशन था उन्होंने फिर दोबारा चेयरमैन लाया बाद गवर्नमेंट के सो इदा दी चीज़ा ने इन्हों सरकार अवॉइड करनिया चाहिए बाकी इंडिपेंडेंट इंडिपेंडेंट इनकुआरी इंडिपेंडेंट इनकुआरी का देखो कांग्रेस जो अकाली सरकार सी उदो मेरे ख्याल प्रताप सिंह बाजवा जो प्रधान से उन्हें किन्नी बारी किन्नी चिट्ठियां हाई कोर्ट नूं लिखियां सीएम नूं लिखियां कि ड्रग दी इशू दी हाई कोर्ट ने कोई जवाब भी दित्ता सी चलो वो तो हाले पेंडिंग है उहदा सारा पेंडिंग चल रहा है उहदे च है कि कोई नहीं उस वेले दित्ता सी हाई कोर्ट ने जवाब दित्ता इंडिपेंडेंट इंडिपेंडेंट कर लो इंडिपेंडेंट कमिशन बना लो सीबीआई नूं दे दो कोई भी सरकार जिहड़ी है कदे भी अपने पैर ते घोड़ा नहीं मारेगी है ना सो इस करके ये सारा गल्लां ने इस क्लीन चिट देने दे के रस्ते है इन्हां दे रस्ते है हां बिल्कुल ठीक है एक छोटा ब्रेक लेने ब्रेक तो वापस आवांगे रस्ते कढ़े जाते हैं पर रस्ते अंजाम तक किन्ने पहुँचते हैं क्या क्योंकि रेत है ना रेत में चलना बड़ा औखा होता ब्रेक तो वापस आए कुछ होर सवाल कर रहे हैं। राणा गुरजीत सिंह के अस्तीफे नाल किस के दाग धोते के मनप्रीत सिंह बनी संधू ये किस के दाग धोने की कोशिश की गई है सरकार दे भी सरकार तो दाग रह जाए भी सरकार से कोई दाग रवे ना
ਕਿੰਦੇ ਦਾਗ ਤੋਂ ਦੀ ਕੋਸ਼ਿਸ਼ ਕੀਤੀ ਹੁਣ ਫਿਰ ਕੇਪੀ ਜੀ ਤੁਸੀਂ ਦੇਖੋ ਬੀਂਗ ਇਨ ਮੀਡੀਆ ਯੂ ਹੈਵ ਟੂ ਰੇਜ਼ ਦਿਸ ਐਲੀਗੇਸ਼ਨ ਬਟ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਠੀਕ ਹੈ ਪਬਲਿਕ ਪਰਸੈਪਸ਼ਨ ਹੈਗੀ ਹੈ ਲੋਕਾਂ ਦੀ ਐਲੀਗੇਸ਼ਨਸ ਨੇ ਮੇਅਰਲੀ ਔਨ ਬੇਸਿਸ ਆਫ ਐਲੀਗੇਸ਼ਨਸ ਸਭ ਕੁਝ ਹੋਇਆ ਉਹਨਾਂ ਨੇ ਅਸਤੀਫਾ ਦਿੱਤਾ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਅੱਗੇ ਲਿਆਉਣਾ ਚਾਹੁੰਦਾ ਦੇਖੋ ਨੈਤਿਕਤਾ ਦੀ ਗੱਲ ਹੈਗੀ ਹੈ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦਿੱਤਾ ਭਾਵੇਂ ਲੇਟ ਦਿੱਤਾ ਭਾਵੇਂ ਪਹਿਲਾਂ ਦਿੱਤਾ ਗੱਲ ਮੈਂ ਤੇਰੀ ਪੁਆਇੰਟ ਰੇਜ਼ ਕਰਨਾ ਚਾਹੁੰਦਾ ਇਹ ਜਿਵੇਂ ਅਕਾਲੀ ਦਲ ਵਾਲੇ ਨੈਤਿਕਤਾ ਦੀ ਗੱਲਾਂ ਕਰਦੇ ਨੇ ਇਹ ਨੈਤਿਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਕਿਉਂਕਿ ਸਭ ਤੋਂ ਵੱਡੀ ਗੱਲ ਦੇਖੋ ਜਦੋਂ ਬੀਬੀ ਜਗੀਰ ਕੌਰ ਟਿਲ ਦ ਟਾਈਮ ਸ਼ੀ ਵਾਜ਼ ਨਾਟ ਕਨਵਿਕਟਿਡ ਆਫ ਕਿਲਿੰਗ ਹਰ ਓਨ ਡਾਟਰ ਇਹਨਾਂ ਨੇ ਉਹਨੂੰ ਨੈਤਿਕਤਾ ਇਹਨਾਂ ਨੂੰ ਯਾਦ ਨਹੀਂ ਸੀ ਆਈ ਉਦੋਂ ਜਦੋਂ ਅਸਤੀਫਾ ਕਨਵਿਕਸ਼ਨ ਦੇ ਬੇਸ 'ਤੇ ਦੇਣਾ ਪਿਆ ਤਾਂ ਅਸਤੀਫਾ ਲਿਆ ਗਿਆ ਸੀਗਾ ਉਸ ਤੋਂ ਬਾਅਦ ਫਿਰ ਪ੍ਰਧਾਨ ਬਣਾਤੀ ਸੀਗੀ ਸ਼੍ਰੋਮਣੀ ਅਕਾਲੀ ਉਹਦੀ ਐਸ ਜੀ ਪੀ ਸੀ ਦੀ ਨਹੀਂ ਸ਼੍ਰੋਮਣੀ ਕਮੇਟੀ ਦੀ ਵੀ ਤਾਂ ਬਣਾਈ ਸੀਗੀ ਮਤਲਬ ਡੇਟਸ ਅੱਗੇ ਪਿੱਛੇ ਮੈਨੂੰ ਹੋ ਸਕਦੀ ਨੇ ਮੇਰਾ ਕਹਿਣ ਦਾ ਮਤਲਬ ਇਹ ਹੈ ਅੱਜ ਸੁਖਪਾਲ ਖਹਿਰਾ ਜੀ ਨੇ ਖੁਦ ਐਕਸੈਪਟ ਕੀਤਾ ਕਿ ਦੇਖੋ ਰਾਹੁਲ ਗਾਂਧੀ ਜੀ ਦਾ ਇਹ ਬਹੁਤ ਬੜਾ ਫੈਸਲਾ ਹੈ ਉਹਨਾਂ ਨੇ ਇੱਕ ਇੰਡੀਅਨ ਪੋਲਿਟਿਕਸ ਦੇ ਵਿੱਚ ਨਵੀਂ ਡਾਇਮੈਂਸ਼ਨ ਲਿਆਂਦੀ ਗਈ ਹੈ ਇਹ ਸੁਖਪਾਲ ਖਹਿਰਾ ਜੀ ਨੇ ਮੰਨਿਆ ਤੁਹਾਡੀ ਸਰਕਾਰ ਨੇ ਅਸਤੀਫਾ ਨਹੀਂ ਮੰਨਣਾ ਮੇਰੀ ਗੱਲ ਤੁਸੀਂ ਤਾਂ ਤਰੋੜ ਮਰੋੜ ਨਹੀਂ ਤੋੜ ਮਰੋੜ ਕੇ ਮੇਰਾ ਸਵਾਲ ਬੜਾ ਸਿੱਧਾ ਮਨ ਤੁਸੀਂ ਬੜੀ ਸੰਧੂ ਮੇਰਾ ਸਵਾਲ ਬੜਾ ਸਿੱਧਾ ਹੈ ਕਿ ਤੁਹਾਡੀ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋਵੇ ਸਰਕਾਰ ਨੂੰ ਕਿਉਂ ਨਹੀਂ ਮਨਜ਼ੂਰ ਸੀਗਾ ਸਰਕਾਰ ਨੇ ਜੇ ਲਿਆ ਕਿ ਇਹਦੋਂ ਪਹਿਲਾਂ ਵੀ ਕਿੰਨੀ ਵਾਰੀ ਅਸਤੀਫੇ ਦੀ ਪੇਸ਼ਕਸ਼ ਕੀਤੀ ਉਹਨਾਂ ਨੇ ਜਾਂ ਸਿਰਫ ਲੋਕਾਂ ਨੂੰ ਦਿਖਾਇਆ ਗਿਆ ਸੀਗਾ ਤੁਸੀਂ ਵੀ ਪਰਸੈਪਸ਼ਨ ਕ੍ਰੀਏਟ ਕੀਤੀ ਕਿ ਲੋਕਾਂ ਦੇ ਅੱਗੇ ਲੱਗੇ ਕਿ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ ਰਹੇ ਆ ਉੱਚੀ ਬੋਲਣ ਨਾਲ ਨਹੀਂ ਮਨਪ੍ਰੀਤ ਸਿੰਘ ਬਣੀ ਸੰਧੂ ਮੇਰਾ ਸਵਾਲ ਇਹ ਹੈ ਕਰੂੰਗਾ ਮੈਂ ਸਵਾਲ ਇਹ ਤੁਸੀਂ ਵੀ ਪਰਸੈਪਸ਼ਨ ਕ੍ਰੀਏਟ ਕੀਤੀ ਸੀ ਲੋਕਾਂ ਦੇ ਮੈਸੇਜ ਜਾਵੇ ਕਿ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ ਰਹੇ ਆ ਤੁਸੀਂ ਪਰਸੈਪਸ਼ਨ ਵਸਸ ਪਰਸੈਪਸ਼ਨ ਹੋਇਆ ਅਖੀਰ ਦੇ ਵਿੱਚ ਆਰਜੀ ਨੇ ਆਰਜੀ ਦੀ ਛੁੱਟੀ ਕਰ ਦਿੱਤੀ ਮੈਂ ਕਿਹਾ ਬਿਲਕੁਲ ਜਦੋਂ ਅਸਤੀਫਾ ਹੋਇਆ ਤਾਂ ਅਸਤੀਫਾ ਐਕਸੈਪਟ ਹੋਇਆ ਕਿਉਂਕਿ ਦੇਰ ਇਜ਼ ਨੋ ਪਲੇਸ ਫਾਰ ਇਵਨ ਐਨ ਆਇਓਟਾ ਆਫ ਕਰਪਸ਼ਨ ਜਸਵਿੰਦਰ ਸਿੰਘ ਬੈਂਸ ਪਰਸੈਪਸ਼ਨ ਵਰਸਸ ਪਰਸੈਪਸ਼ਨ ਲੜਾਈ ਹੋ ਰਹੀ ਸੀ ਤੇ ਆਰਜੀ ਨੇ ਆਰਜੀ ਦੀ ਛੁੱਟੀ ਕਰ ਦਿੱਤੀ ਇਹੀ ਕੁਝ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਚੱਲੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਚੱਲੀ ਹਾਂ ਦੇਖੋ ਬਿਲਕੁਲ ਇਸ ਗੱਲ ਠੀਕ ਹੈ ਤੁਹਾਡੀ ਕਿ ਰਾਣਾ ਗੁਰਜੀਤ ਨਾ ਅਸਤੀਫਾ ਦੇਣ ਨੂੰ ਤਿਆਰ ਸੀ ਕੈਪਟਨ ਅਮਰਿੰਦਰ ਸਿੰਘ ਨਾ ਅਸਤੀਫਾ ਲੈਣ ਨੂੰ ਤਿਆਰ ਸੀ ਸੋ ਇਹ ਦੋਨੋਂ ਚੀਜ਼ਾਂ ਸੀਗੀਆਂ ਇਹ ਤਾਂ ਜੇ ਰਾਹੁਲ ਗਾਂਧੀ ਇੰਟਰਫੇਅਰ ਨਾ ਕਰਦਾ ਤੇ ਅੱਜ ਵੀ ਅਸਤੀਫਾ ਨਹੀਂ ਸੀ ਹੋਣਾ ਇਹ ਬਿਲਕੁਲ ਰਾਹੁਲ ਗਾਂਧੀ ਨੂੰ ਕ੍ਰੈਡਿਟ ਦੇਣਾ ਚਾਹੀਦਾ ਬਿਲਕੁਲ ਪਾਰਟ ਦੇਖੋ ਕਾਂਗਰਸ ਦੇ ਵਿੱਚ ਤਾਂ ਰਾਹੁਲ ਗਾਂਧੀ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਕਾਂਗਰਸ ਦੀ ਬਦਨਾਮੀ ਹੋ ਰਹੀ ਸੀਗੀ ਲਗਾਤਾਰ ਹੋ ਰਹੀ ਸੀਗੀ ਤੁਸੀਂ ਐਜ਼ ਅ ਜਰਨਲਿਸਟ ਕ੍ਰੈਡਿਟ ਦੇ ਰਹੇ ਹੋ ਮੈਂ ਇਹਨਾਂ ਦੋ ਕ੍ਰੈਡਿਟ ਲੈ ਲਵਾਂ ਚੰਜੀ ਭਰਾ ਰਾਹੁਲ ਗਾਂਧੀ ਨੂੰ ਕ੍ਰੈਡਿਟ ਦੋਗੇ ਹਿੰਦੁਸਤਾਨ ਚੋਂ ਜਿਹੜੀਆਂ ਚਾਰ ਪੰਜ ਤਿੰਨ ਚਾਰ ਸਥਾਈ ਸਰਕਾਰਾਂ ਇਹਨਾਂ ਦੀਆਂ ਬਚੀਆਂ ਤੇ ਜੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੇਰਾ ਮੰਤਰੀ ਕੀ ਕਰੀ ਜਾਂਦਾ ਤੇ ਕੀ ਅਖਬਾਰਾਂ ਨੇ ਰੌਲਾ ਪਾ ਲਿਆ ਕੀ ਟੈਲੀਵਿਜ਼ਨ ਨੇ ਪਾ ਲਿਆ ਇਹ ਮਤਲਬ ਕਿੱਥੇ ਇਹ ਪਹਿਲੇ ਦਿਨ ਕਿਉਂ ਨਹੀਂ ਹੋਇਆ ਇਸ ਕਰਕੇ ਅੱਜ ਮਜਬੂਰੀ ਬਣੀ ਹੈ ਔਰ ਸਭ ਤੋਂ ਪਹਿਲਾਂ ਮੈਂ ਮੀਡੀਆ ਨੂੰ ਔਰ ਦੂਜਾ ਮੈਂ ਵਿਰੋਧੀ ਪਾਰਟੀਆਂ ਨੂੰ ਸਾਰੀਆਂ ਨੂੰ ਦਿੱਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਆਵਾਜ਼ ਚੱਕੀ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਵੀ ਆਵਾਜ਼ ਚੁੱਕੀ ਇਹਦੇ 'ਚ ਕੋਈ ਦੋ ਰਹਿ ਨਹੀਂ ਪਰ ਜਿੰਨੇ ਡਾਕੂਮੈਂਟਰੀ ਪ੍ਰੂਫ ਇਕੱਠੇ ਹੋ ਗਿਆ ਐਫਆਈਆਰ ਹੋਣੀ ਹੋਣੀ ਹੈ ਇਹ ਜਿੰਨੀ ਦੇਰ ਮਰਜ਼ੀ ਰੋਕ ਐਫਆਈਆਰ ਹੋਊਗੀ ਮਹੀਨਾ ਰੋਕ ਲੈਣ ਚਾਰ ਰੋਕ ਲੈਣ ਛੇ ਰੋਕ ਲੈਣ ਅਖੀਰ ਇਹਦੇ 'ਚ ਐਫਆਈਆਰ ਹੋਣੀ ਹੋਣੀ ਹੈ ਡਾਕੂਮੈਂਟਰੀ ਪ੍ਰੂਫ ਹੈ ਇਸ ਕਰਕੇ ਕ੍ਰੈਡਿਟ ਕਾਂਗਰਸ ਪਾਰਟੀ ਨਹੀਂ ਲੈ ਸਕਦੀ ਕ੍ਰੈਡਿਟ ਉਦੋਂ ਲੈ ਸਕਦੀ ਸੀ ਜਿਸ ਦਿਨ 25 ਮਈ ਨੂੰ ਪਹਿਲੇ ਦਿਨ ਟ੍ਰਿਬਿਊਨ ਦੀ ਸਟੋਰੀ ਸੀ ਤੇ 26 ਮਈ ਨੂੰ ਉਹਦਾ ਅਸਤੀਫਾ ਲੈ ਲੈਂਦੇ ਤਾਂ ਕਾਂਗਰਸ ਇਸ ਗੱਲ ਦੀ ਕ੍ਰੈਡਿਟ ਲੈ ਸਕਦੀ ਬੁੱਢਾ ਸਿੰਘ ਬਰਾਗੀ ਤੁਸੀਂ ਕਿਹਨੂੰ ਕ੍ਰੈਡਿਟ ਦੋਗੇ ਕੇਪੀ ਸਿੰਘ ਜੀ ਜਿੱਥੋਂ ਤੱਕ ਕ੍ਰੈਡਿਟ ਦੀ ਗੱਲ ਆ ਡੈਮੋਕ੍ਰੇਸੀ ਦੇ ਵਿੱਚ ਕ੍ਰੈਡਿਟ ਲੋਕਾਂ ਨੂੰ ਜਾਂਦਾ ਜੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਥੋੜੀ ਬਹੁਤੀ ਪੋਜੀਸ਼ਨ 'ਚ ਲਿਆਂਦਾ ਨਹੀਂ ਤਾਂ ਇਹ ਪਾਰਟੀਆਂ ਆਪਸ ਵਿੱਚ ਰਲੀਆਂ ਮਿਲੀਆਂ ਸਾਰਾ ਕੁਝ ਕਰ ਰਹੀਆਂ ਸੀ ਸਿੱਧਾ ਕਹਿ ਦਿੰਦਾ ਆਮ ਆਦਮੀ ਪਾਰਟੀ ਨੂੰ ਕ੍ਰੈਡਿਟ ਜਾਂਦਾ ਰਾਹੁਲ ਗਾਂਧੀ ਨਹੀਂ ਜਾਂਦਾ ਬਿਲਕੁਲ ਸਰ ਆਮ ਆਦਮੀ ਤੋਂ ਪਹਿਲਾਂ ਵੀ ਲੋਕਾਂ ਨੂੰ ਜਾਂਦਾ ਜਿਨ੍ਹਾਂ ਨੇ ਸਾਨੂੰ ਥੋੜੀ ਬਹੁਤੀ ਤਾਕਤ ਬਖਸ਼ੀ ਕਿਉਂਕਿ ਚਾਹੇ ਮੈਂ ਦਾਸ ਕਮਿਸ਼ਨ ਦੀ ਗੱਲ ਕਰਾਂ ਜਿਹੜਾ ਸਭ ਤੋਂ ਪਹਿਲਾਂ 1963 ਵਿੱਚ ਪ੍ਰਤਾਪ ਸਿੰਘ ਕੈਰੋ ਤੇ ਬਿਠਾਇਆ ਗਿਆ ਸੀ ਜਾਂ ਉਦੋਂ ਬਾਅਦ ਜਿੰਨੇ ਵੀ ਆਪਣੇ ਪਟਨਾਇਕ ਤੇ ਬਿਠਾਇਆ ਗਿਆ ਸੀਗਾ ਉਹਨਾਂ ਸਾਰੇ ਕਮਿਸ਼ਨਾਂ ਦੀ ਗੱਲ ਕਰਾਂ ਗੱਲ ਕੀ ਕੇਪੀ ਸਿੰਘ ਜੀ ਜਿਹੜੇ ਪਾਵਰ 'ਚ ਹੁੰਦੇ ਆ ਉਹ ਕਮਿਸ਼ਨਾਂ ਨੂੰ ਜਿਵੇਂ ਪਹਿਲਾਂ ਹੀ ਗੱਲ ਹੋਈ ਆ ਆਪਦੀ ਸਹੂਲੀਅਤ ਮੁਤਾਬਕ ਅਪੁਆਇੰਟ ਕਰਦੇ ਆ ਤੇ ਵਰਤਦੇ ਆ ਤੇ ਉਹੋ ਜਿਹੀਆਂ ਕਲੀਨ ਚਿੱਟਾਂ ਦਵਾਉਂਦੇ ਆ ਤੇ ਅੱਜ ਜੇ ਮੀਡੀਆ ਨੇ ਆਪਦਾ ਵਧੀਆ ਰੋਲ ਨਿਭਾਇਆ ਆਮ ਆਦਮੀ ਪਾਰਟੀ ਬੀਂਗ ਏ ਓਪੋਜੀਸ਼ਨ ਇਨ ਪੰਜਾਬ ਵਿੱਚ ਅਸੀਂ ਆਵਾਜ਼ ਉਠਾਈ ਆ ਤਾਂ ਅੱਜ ਇਹ ਰਾਣਾ ਗੁਰਜੀਤ ਦਾ ਅਸਤੀਫਾ ਜਿਹੜਾ ਕਾਂਗਰਸ ਪਾਰਟੀ ਨੂੰ ਲੈਣਾ ਪਿਆ ਨਹੀਂ ਤਾਂ ਦੂਜੀਆਂ ਪਾਰਟੀਆਂ ਕੋਲ ਜਦੋਂ ਤੋਤਾ ਸਿੰਘ ਨੂੰ ਸਜ਼ਾ ਹੋਈ ਸੀ ਉਹਨਾਂ ਦਾ ਅਸਤੀਫਾ ਉਦੋਂ ਲਿਆ ਗਿਆ ਸੀ ਨਾ ਕਿ ਇਹਨਾਂ ਨੇ ਉਦੋਂ ਦਿੱਤਾ ਸੀ ਇਹਨਾਂ ਦਾ ਰੁਝਾਨ ਨਹੀਂਗਾ ਇਹ ਦਿੰਦੇ ਨਹੀਂ ਗੇ ਕਿਉਂਕਿ ਇਹ ਸਿਰਫ ਤੇ ਸਿਰਫ ਮੈਨੂੰ ਕੁਰਸੀ ਬੜੀ ਪਿਆਰੀ ਲੱਗਦੀ ਹੈ ਛੱਡਣ ਨੂੰ ਮਨ ਨਹੀਂ ਕਰਦਾ ਬਿਲਕੁਲ ਸਰ ਛੱਡਣ ਨੂੰ ਮਨ ਨਹੀਂ ਤਾਂ ਹੀ ਸੁਖਪਾਲ ਸਿੰਘ ਖਹਿਰਾ ਵੀ
ਜਿਹਦੇ ਨਾਂ ਦੇ ਨਾਲ ਜਸਟਿਸ ਰਿਟਾਇਰਡ ਜਿਹੜਾ ਸ਼ਬਦ ਆਪਾਂ ਪਹਿਲਾਂ ਵਰਤਿਆ ਸੀਗਾ ਉਹ ਸਾਰੀ ਚੀਜ਼ਾਂ ਜੁੜ ਜਾਣ ਅਤੇ ਉਹ ਲੱਗਦਾ ਕਿ ਬਹੁਤ ਪਾਕ ਸਾਫ਼ ਹੈ, ਬਹੁਤ ਸਾਫ਼ ਸੁਥਰਾ, ਜਿਵੇਂ ਉਹਨਾਂ ਨੇ ਪਹਿਲਾਂ ਕੰਮ ਕੀਤੇ ਹੈ ਕਿ ਜਦੋਂ ਉਹ ਕੁਰਸੀ 'ਤੇ ਬੈਠੇ ਸੀਗੇ, ਉਹੋ ਜਿਹਾ ਕੰਮ ਇਹਦੇ ਵਿੱਚ ਵੀ ਕਰਨਗੇ? ਕਿਉਂ ਉਦੋਂ ਬਾਅਦ ਹੀ ਇਹ ਸਾਰਾ ਕੁਛ ਹੁੰਦਾ ਜਾਂ ਉਸ ਤੋਂ ਪਹਿਲਾਂ ਹੀ ਇਹ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਹੁਣ ਚਾਰ ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੁੱਕੇ ਸੀ? ਇਹ ਬਿਲਕੁਲ ਤੁਹਾਡਾ ਬਹੁਤ ਵਾਜਬ ਸਵਾਲ ਹੈ ਜੀ, ਜੈਨੂਅਨ ਸਵਾਲ ਹੈ। ਇਹ ਤਾਂ ਲਗਭਗ ਜਿੰਨੇ ਵੀ ਬੁਲਾਰੇ ਬੋਲੇ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ, ਇਸ ਗੱਲ ਦੇ ਮੋਟੇ ਤੌਰ ਦੇ ਉੱਤੇ ਸਹਿਮਤੀ ਇਸ ਗੱਲ 'ਤੇ ਹੈ ਕਿ ਹਰ ਸਰਕਾਰ ਜਿਹੜੀ ਆ, ਕੋਈ ਵੀ ਇਸ਼ੂ ਆਉਂਦਾ ਸਰਕਾਰ ਦੇ ਖਿਲਾਫ ਆਉਂਦਾ, ਉਸ ਇਸ਼ੂ 'ਚੋਂ ਨਿਕਲਣ ਦੇ ਲਈ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਹੈ ਉਹ ਕਮਿਸ਼ਨ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਵਿੱਚੋਂ ਹੋਵੇ ਵੀ ਹਾਂ ਠੀਕ ਹੈ ਜੀ ਅਸੀਂ ਜਾਂਚ ਕਰਾ ਲਈ ਹੈ, ਜਾਂਚ ਦੇ ਵਿੱਚੋਂ ਸਾਫ਼ ਆ ਗਿਆ ਕੁਛ ਵੀ ਨਹੀਂ ਹੈ। ਚਾਹੇ ਬਿਲਕੁਲ ਸਾਫ਼ ਅਤੇ ਡਾਕੂਮੈਂਟਰੀ ਪਰੂਫ ਹੋਵੇ, ਆਪਣੇ ਪੰਜਾਬੀ 'ਚ ਕਹਿੰਦੇ ਆ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ, ਜਦੋਂ ਸਾਫ਼ ਬਿਲਕੁਲ ਰਿਕਾਰਡ ਆ ਗਿਆ, ਟ੍ਰਿਬਿਊਨ ਨੇ ਸਭ ਤੋਂ ਪਹਿਲਾਂ ਬਿਲਕੁਲ ਇਹ ਐਕਸਪੋਜ਼ ਕਰ ਦਿੱਤਾ ਕਿ ਕਿਸ ਤਰੀਕੇ ਨਾਲ ਰਕਮਾਂ ਜਿਹੜੀਆਂ ਕਰੋੜਾਂ ਦੀਆਂ ਰਕਮਾਂ ਉਹਨਾਂ ਦੇ ਅੰਮ੍ਰਿਤਪਾਲ ਔਰ ਦੂਸਰਾ ਜਿਹੜਾ ਸੀ ਉਹਨਾਂ ਦੇ ਨਾਂ ਦੇ ਉੱਤੇ ਗਈਆਂ, ਅਮਿਤ ਬਹਾਦਰ ਉਹਨਾਂ ਦੇ ਨਾਂ ਦੇ ਉੱਤੇ ਗਈਆਂ, ਔਰ ਇਹ ਸਾਰਾ ਡਾਕੂਮੈਂਟਰੀ ਪਰੂਫ ਜਿਹੜਾ ਵਾ ਜਸਟਿਸ ਨਾਰੰਗ ਕਮਿਸ਼ਨ ਕੋਲ ਸੀ। ਮੈਂ ਸਭ ਤੋਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਕਿ ਕਮਿਸ਼ਨ ਕੋਈ ਵੀ ਹੋਵੇ, ਚਾਹੇ ਉਹ ਜਸਟਿਸ ਦਾ ਹੋਵੇ, ਚਾਹੇ ਪ੍ਰੈਜ਼ੈਂਟ ਜੱਜ ਹੋਵੇ, ਚਾਹੇ ਉਹ ਸਾਬਕਾ ਰਿਟਾਇਰਡ ਜੱਜ ਹੋਵੇ, ਜਾਂ ਕੋਈ ਹੋਰ ਅਫਸਰ ਵੀ ਹੋਵੇ, ਜ਼ਰੂਰੀ ਨਹੀਂ ਕਿ ਇਹਨਾਂ ਕਮਿਸ਼ਨ ਕੋਈ ਵੀ ਜਿਹੜਾ ਵਾ ਉਹ ਬਣਾ ਸਕਦੇ ਆ, ਕੋਈ ਵੀ ਲਾ ਸਕਦੇ ਨੇ। ਉਸ ਕਮਿਸ਼ਨ ਦਾ ਇੱਕ ਇਮੇਜ ਇੰਪ੍ਰੈਸ਼ਨ ਇਹ ਜ਼ਰੂਰ ਹੋਣਾ ਚਾਹੀਦਾ ਕਿ ਹਾਂ ਇਹ ਬੰਦਾ ਸਾਫ਼ ਪਾਕ ਹੈ, ਇਹ ਕਿਸੇ ਤਰ੍ਹਾਂ ਵੀ ਕਿਸੇ ਦੀ ਸਾਈਡ ਨਹੀਂ ਲਊਗਾ, ਔਰ ਜੋ ਅਸਲੀਅਤ ਆ, ਜੋ ਸੱਚਾਈ ਹੈ ਉਹ ਸਾਹਮਣੇ ਲਿਆਊਗੀ। ਅਸੀਂ ਕਾਨੂੰਨ 'ਚ ਕਹਿੰਦੇ, ਸਾਡੇ ਵਕੀਲ ਸਾਹਿਬ ਭਾਈ ਬੈਠੇ ਨੇ, ਕਿ ਜਿਹੜਾ ਨਿਆਂ ਆ ਉਹ ਸਿਰਫ ਕਰਨਾ ਨਹੀਂ ਹੁੰਦਾ, ਉਹ ਦਿਸਣਾ ਚਾਹੀਦਾ ਕਿ ਨਿਆਂ ਹੋਇਆ। ਅਤੇ ਇਸੇ ਤਰ੍ਹਾਂ ਕਮਿਸ਼ਨ ਦੇ ਸੰਬੰਧ ਦੇ ਵਿੱਚ ਵੀ ਇਹ ਨਹੀਂ ਕਿ ਕਮਿਸ਼ਨ ਬਣਾ ਦਿੱਤਾ ਹੈ, ਉਸ ਤੋਂ ਉੱਪਰ ਜਾ ਕੇ ਹੋਣਾ ਚਾਹੀਦਾ ਕਿ ਹਾਂ ਜਿਹੜਾ ਕਮਿਸ਼ਨ ਬਣਾਇਆ ਉਸ ਕਮਿਸ਼ਨ ਦਾ ਕਮਿਸ਼ਨ ਬਣਾ ਦਿੱਤਾ ਔਰ ਨਾ ਮਿਲੇ ਜਾਂ ਨਾ ਮਿਲੇ ਉਹ ਤੁਸੀਂ ਦੇਖਣਾ। ਬਿਲਕੁਲ ਠੀਕ ਹੈ, ਸਾਡੇ ਬੁਲਾਰੇ ਨੇ ਕਿਹਾ ਜੀ ਭਾਈ ਸਾਹਿਬ ਨੇ ਕਿ ਨਹੀਂ ਜੀ ਉਹਨਾਂ ਦਾ ਹੋ ਸਕਦਾ ਉਹਨਾਂ ਦੀ ਕੋਈ ਲਾਗਤਬਾਜ਼ੀ ਹੋਵੇ, ਚਾਚੇ ਤਾਇਆਂ ਦੀ ਆਪਸ ਵਿੱਚ ਨਾ ਲੱਗਦੀ ਹੋਵੇ, ਇਹੋ ਜਿਹਾ ਕਿਤੇ ਇੱਕ ਵੀ ਸਟੇਟਮੈਂਟ ਜਿਹੜੀ ਉਹ ਨਹੀਂ ਆਈ ਕਿ ਇਹਨਾਂ ਪਰਿਵਾਰਾਂ ਦੇ ਵਿੱਚ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਤੜਿੱਕਣ ਸੀ ਜਾਂ ਕੋਈ ਪ੍ਰੋਬਲਮ ਸੀ। ਬਲਕਿ ਉਹਨਾਂ ਕਿਹਾ ਕਿ ਹਾਂ ਸਾਡੇ ਸੰਬੰਧ ਹੈ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ, ਮੈਂ ਤਾਂ ਆਪਣੀ ਜਿਹੜੀ ਜਾਂਚ ਕਰ ਰਿਹਾ ਮੈਨੂੰ ਗਵਰਨਮੈਂਟ ਨੇ ਦਿੱਤੀ ਹੋਈ ਹੈ। ਔਰ ਉਹ ਜਾਂਚ ਦੇ ਵਿੱਚ ਜੋ ਚੀਜ਼ਾਂ ਆਉਣੀਆਂ ਚਾਹੀਦੀਆਂ ਸੀ, ਬੜੇ ਸਾਫ਼ ਤੌਰ 'ਤੇ ਆਉਣੀਆਂ ਚਾਹੀਦੀਆਂ ਸੀ, ਉਹ ਨਹੀਂ ਲਿਆਂਦੀਆਂ ਗਈਆਂ। ਜੇ ਉਹਨੇ ਕਹਿੰਦੇ ਕਿ ਜਾਂਚ ਕਮਿਸ਼ਨ ਨੇ ਬਿਲਕੁਲ ਸਾਫ਼ ਉਹਦੀਆਂ ਫਾਈਂਡਿੰਗਾਂ ਸਾਰਾ ਕੁਝ ਹੈ ਤੇ ਹੁਣ ਦੁਬਾਰਾ ਜਿਹੜਾ ਕੋਈ ਅੰਦਾਜ਼ਾ ਹੈਗਾ ਅਰਜਨ ਸਿੰਘ ਬਾਟ ਕਮਿਸ਼ਨ ਤੇ ਖਰਚਾ ਕਿੰਨਾ ਹੁੰਦਾ? ਮੈਨੂੰ ਜੀ ਇਹਦੇ ਬਾਰੇ ਨਹੀਂ ਹੈ ਕੋਈ ਅੰਦਾਜ਼ਾ ਹੋਵੇ, ਇਹ ਮੇਰੇ ਨਹੀਂ, ਪਰ ਮੈਂ ਇਹਨਾਂ ਲੱਖਾਂ ਦੇ ਵਿੱਚ ਕਿ ਉਹਦਾ ਆਫਿਸ ਹੁੰਦਾ ਵਾ, ਉਹਦਾ ਸਟਾਫ ਹੁੰਦਾ ਵਾ, ਟਰਾਂਸਪੋਰਟ ਹੁੰਦੀ ਹੈ, ਔਰ ਉਹਨਾਂ ਦੀ ਜਿਹੜੀ 50 ਲੱਖ ਰੁਪਏ ਖਰਚਾ ਆਇਆ। ਮੇਰਾ ਖਿਆਲ ਜੀ ਮੈਂ ਵੇਖੋ ਐਗਜ਼ੈਕਟ ਨਹੀਂ ਕਹਿ ਸਕਦਾ, ਮੈਂ ਗਲਤ ਬਿਆਨ ਨਹੀਂ ਕਰ ਸਕਦਾ, ਪਰ ਘੱਟੋ ਘੱਟ ਮਾਨਪੀ ਸਿੰਘ ਬਣੀ ਸੰਦੋ ਉਹਦਾ ਜਿਹੜਾ ਮਾਫ ਕਰਨਾ, ਮੈਂ ਸਲਾਹ ਦੇਣੀ ਚਾਹੀਦੀ ਸੀ ਦੇ ਮੁਤਾਬਕ, ਪਰ ਮੈਂ ਸਲਾਹ ਦੇਣਾ ਚਾਹੁੰਦਾ ਬਿਲਕੁਲ ਰਿਟਾਇਰ ਉਹ ਪੈਸੇ ਵਾਪਸ ਲਿਆਓ ਤੇ 25 ਕਿਸਾਨਾਂ ਦਾ ਘੱਟੋ ਘੱਟ ਕਰਜ਼ਾ ਮਾਫ ਹੋ ਜਾਊਗਾ। ਹਾਂ ਗੱਲ ਸੁਣੋ, ਦੇਰ ਆਰ ਨੋ ਚਾਰਜਿਸ ਅਗੇਂਸਟ ਆਈਦਰ ਦੀ ਕਮਿਸ਼ਨ ਔਰ ਰਾਣਾ ਗੁਰਜੀਤ। ਤੁਸੀਂ ਤਾਂ ਬੱਚਿਆਂ ਵਾਲੀ ਗੱਲਾਂ ਕਰ ਰਹੇ ਹੋ, ਮੈਂ ਹੈ ਹੀ ਬੱਚਾ ਨਾ, ਉਹ ਜਦੋਂ ਕੋਈ ਪ੍ਰੂਫ ਹੋਊਗਾ ਪ੍ਰੋਸੈਸ ਆਫ ਲਾਅ ਫਾਲੋ ਹੋ ਲੈਣ ਦੋ, ਜੇ ਕੋਈ ਐਲੀਗੇਸ਼ਨ ਪ੍ਰੂਫ ਹੋ ਜਾਊਗੀ, ਜਦੋਂ ਐਲੀਗੇਸ਼ਨ ਪ੍ਰੂਫ ਹੋ ਗਏ ਫਿਰ ਤੁਸੀਂ ਉਹ 50 ਲੱਖ ਜਾਂ ਜਿੰਨੇ ਵੀ ਲੱਖ ਉਹ ਵਾਪਸ ਲੈ ਕੇ ਆਓਗੇ ਖਜ਼ਾਨੇ ਦੇ ਵਿੱਚ? ਸਰਕਾਰ ਨਹੀਂ ਲੈ ਸਕਦੀ, ਇਹ ਦੀਜ਼ ਆਰ ਜੁਡੀਸ਼ੀਅਲ ਮੈਟਰਸ ਮਹਾਰਾਜ, ਲੈ ਸਕਦੀ ਆ ਸਰ, ਲੈ ਜੁਡੀਸ਼ੀਅਲ ਮੈਟਰ ਨਹੀਂ ਹੈ। ਹੁਣ ਮੇਰਾ ਲੱਗਦਾ ਤੁਸੀਂ ਬੱਚਿਆਂ ਦੀ ਗੱਲ ਕਰਦੇ ਪਿਓ, ਪਹਿਲਾਂ ਤਾਂ ਮੈਂ ਕਰ ਰਿਹਾ ਜੁਡੀਸ਼ੀਅਲ ਕਮਿਸ਼ਨ ਨਹੀਂ ਹੈ, ਆ ਜੁਡੀਸ਼ੀਅਲ ਮੈਟਰ ਹੈ, ਇੱਕ ਕਮਿਸ਼ਨ ਆਫ ਇਨਕੁਆਇਰੀ ਹੈ, ਨਾਟ ਜੁਡੀਸ਼ੀਅਲ ਕਮਿਸ਼ਨ, ਨਾਟ ਜੁਡੀਸ਼ੀਅਲ। ਮਨਪ੍ਰੀਤ ਸਿੰਘ ਬਣੀ ਸੰਧੂ, ਇਹ ਸਲਾਹ ਉੱਥੇ ਦੇ ਦਿਓ ਕਿ ਪੈਸਾ ਵਾਪਸ ਲਿਆਓ ਸਰਕਾਰ ਦੇ ਖਜ਼ਾਨੇ ਦੇ ਵਿੱਚ, ਇਹ ਲੋਕਾਂ ਦਾ ਪੈਸਾ, ਟੈਕਸ ਪੇਅਰ ਦਾ ਪੈਸਾ, ਜਿਨ੍ਹਾਂ ਨੇ ਪੈਸਾ ਦਿੱਤਾ ਉਹ। ਜਿੱਦਣ ਇਹ ਚਾਰਜਸ ਕੋਈ ਰਾਣੇ ਗੁਰਜੀਤ ਦੇ ਖਿਲਾਫ ਪ੍ਰੂਵ ਹੋ ਜਾਣਗੇ ਕਿਸੇ ਕੋਰਟ ਆਫ ਲਾਅ ਦੇ ਵਿੱਚ, ਜ਼ਰੂਰ ਇਹ ਸਲਾਹ ਦੇ ਦਾਂਗੇ। ਚਲੋ ਠੀਕ ਹੈ, ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਹੈ ਕਿ ਸਵਾਲ ਇੱਕ ਦੂਜੇ ਨੂੰ ਚੈਲੰਜ ਕਰਨ ਦੇ ਵੀ ਹੈ ਕਿ ਚੁਣੌਤੀ ਦਿੱਤੀ ਜਾ ਰਹੀ ਹੈ, ਤੁਸੀਂ ਪਲੱਥ ਆ ਜਾਓ।
नहीं आना, मैं कपूरथले बैठा है, नहीं तो कपूरथले आ जाओ। ये सवाल क्यों पूछा जा रहा है, ब्रेक तो बाद वापस आके पूछांगे। राणा जी, आपको वो चैलेंज कर रहे हैं कि या तो वो रिजाइन डाले तो मैं उधर से आके लड़ने को तैयार हूँ, तो कपूरथला से अगर देखो भाई तो देखो ऐसा है, एमएलए शिप से रिजाइन राणा गुरजीत सिंह तब करेगा जब कैप्टन अमरिंदर सिंह उन्हें कहेंगे या माननीय राहुल गांधी जी का संदेश आएगा। और अगर मुझे आया कि इसका चैलेंज एक्सेप्ट कर लो, वैसे मुझे कोई आपत्ति नहीं। ये चाहे हाँ, अगर ये इस काबिल से अपने हलके में से इनको इतना अभिमान है कि अभिमान नहीं, इनका मानना है कि ये इतने पॉपुलर हैं अपने क्षेत्र में, तो वहाँ से ये रिजाइन कर लें, मैं जरूर लड़ूंगा। बुढ़ा साहब मेरा वो नैतिकता का सवाल तो है ही नहीं, हूँ तो सवाल बड़ा सिंपल हैगा, सवाल यही है तुसी चैलेंज किया सी, उन्होंने चैलेंज कबूल किया, हुण आ जाओ मैदान च। मैं तो के पी सिंह अज तरीक यही कह रहा, किसी को इस्तीफा देने की लड़ नहीं गई, लोग सभा दी इलेक्शन हो रही वा, सामने आ जाने। बुढ़ा साहब बरागी बड़े तो कमाल ना बच जाने, तुम किमें बच जाने, कितों सीखते हो चीज़ा सारिया? तो उतो ही सीख मेरे तो सीखते हो। चंजी बराड, ये एक दूजे को चैलेंज किया जा रहा, इस चैलेंज के भी कोई चैलेंज कर दो। देखो मैं तो एक फोकी ड्रामेबाजी या शोहरतबाजी लिए बयानबाजी कहूँगा, मैं मनप्रीत संधू जी नूं क्वेश्चन करना चाहूंगा, जिहड़ी आपां रेत की गल कर लईए ज़्यादातर बेहतर यही अज के मुद्दे की, जिहड़े विरोधी पार्टियां जदों एलीगेशन लाउंदियां है जां तुसीं कमिश्नां की गल करदे हो, साड्यां ते छड्ड दिओ ना, साडे ते भरोसा करो, ते तुसीं कमिश्नां दी वी कमिश्न तां उहदी मर्जी नाल रिपोर्टां बणाईआं। मैं चार सवाल पुछदा हां कि तृप्त रजिंदर बाजवा ने सारी प्रैस के सामने मन्निआ कि इलीगल माइनिंग जिहड़ी आ उह धड़ल्ले नाल चल रही आ, एमएलए जीरे ने शरेआम प्रैस दे विच एजुकेशन मिनिस्टर ते एलीगेशन लाए कि पैसे लेके बदलियां कीतियां जा रही हैं, एमएलए तिमान ने पब्लिकली अखबारों के स्पीच दिंदिया आपकी स्टेज तो कहा कि नशा जिहड़ा चार गुणा बढ़ गया, और ज़्यादातर एमएलए इकट्ठे होकर कैप्टन साहब को गए जिदे करके सैल्फ डैक्लेरेशन की स्कीम इन्होंने नवी लॉन्च की है, उन्होंने कहा कि किसान जिहड़ा जो कर्जा माफ़ी है ये बड़िया वड्डिया धांधलियां हो रही, जिहड़े इन्हां दे एमएलए मिनिस्टर कह रहे हैं वो तो मन लो, या फिर उन्होंने कढ़ दिओ वी भाई तुसीं झूठ क्यों बोल रहे हो। मतलब कहण दा कि सारी सरकार दे विच एड्डी माड़ी कार्यकारी सरकार दी चली जा रही है, बनी संधू साहब ने पिछलियां साडी गल ते उंगल ठाई है, की होया की नहीं होया, 10-11 महीने हो गया, मेरा ख्याल है कि लोगों ने मैंडेट इन्हां नूं दित्ता, जवाब आपदा ही दे देण, सानूं तो लोगों ने जिहड़ा सज़ा देनी सी जां लोगों ने जो मैंडेट दित्ता। चलो तुसीं एक्सेप्ट कर लो ना, एक मिनट चंजी बराड़, तुसीं एक्सेप्ट कर लो तुहाडे तों गलतियां होईयां सी, तुसीं इस्तीफे नहीं लिते, तुसीं वेट करदे रहे कि अदालत दा फैसला आवेगा। मेरा ख्याल है कि टाइम जाया करन वाली गल आ, लोगों ने फैसला, तुसीं मान तां सकदे हो ना गलतियां होईयां सी, जिहड़ा लोगों ने फैसला कीता सी। अच्छा गलती करके होया, पूछना ना पाओ, मतलब चलो मेरी कहण दा मतलब जिहड़ा लोगों ने फैसला कर लिया ਉਹ ਸਾਰਿਆਂ ਨੇ ਮੰਨਿਆ, ਅਸੀਂ ਵੀ ਮੰਨਿਆ, ਤੇ ਇਹਨਾਂ ਦੀ ਮੇਰੀ ਬੇਨਤੀ ਇਹ ਹੈ ਕਿ ਜਦੋਂ ਐਮਐਲਏ ਮੰਤਰੀ ਕਹਿ ਰਹੇ ਆ ਤੇ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ। ਚਲੋ ਠੀਕ ਹੈ, ਮੈਂ ਤੁਹਾਡਾ ਸਵਾਲ ਹੀ ਲੈ ਰਿਹਾ, ਮਨਪ੍ਰੀਤ ਸਿੰਘ ਬਣੀ ਸੰਧੂ, ਇਹਨਾਂ ਦੇ ਚਾਰ ਸਵਾਲ ਹੈ, ਚਾਰਾਂ ਚੋਂ ਜਿਹੜਾ ਪਸੰਦ ਆਉਂਦਾ ਜਵਾਬ ਦੇ। ਮੈਂ ਜਿਹੜਾ ਇਹਨਾਂ ਨੇ ਸਭ ਤੋਂ ਪਹਿਲਾਂ ਕੀਤਾ ਮੈਂ ਉਹਦਾ ਦੇ ਦੂੰਗਾ, ਬਾਕੀਆਂ ਦਾ ਵੀ ਦੇ ਦੂੰਗਾ। ਹਾਂ ਦੋ, ਜਿਹੜੀ ਗੱਲ ਤ੍ਰਿਪਤ ਬਾਜਵਾ ਜੀ ਨੇ ਕੀਤੀ ਹੈਗੀ ਹੈ ਵੀ ਇਲੀਗਲ ਮਾਈਨਿੰਗ ਜਿਹੜੀ ਪੰਚਾਇਤਾਂ ਦੀ ਸ਼ਾਮਲਾਤਾਂ ਲੈਂਡਸ 'ਤੇ ਚੱਲ ਰਹੀ ਹੈ ਉਹਨੂੰ ਅਸੀਂ ਬੰਦ ਕਰਨਾ ਹੈਗਾ, ਠੀਕ ਹੈ, ਬਿਲਕੁਲ ਸਹੀ ਗੱਲ ਹੈ ਕਿ ਚੱਲ ਰਹੀ ਹੈ, ਔਰ ਕਿਉਂ ਚੱਲ ਰਹੀ ਹੈ, ਪਿਛਲੇ 10 ਸਾਲਾਂ ਤੋਂ ਇਹਨਾਂ ਦੇ ਚਹੇਤਿਆਂ ਦੇ ਨਾਮਾਂ ਤੇ ਗਰਦੌਰੀਆਂ ਚੜੀਆਂ ਹੋਈਆਂ ਸ਼ਾਮਲਾਤਾਂ ਦੀਆਂ, ਉੱਥੇ ਸੈਂਡ ਮਾਈਨਿੰਗ ਹੋ ਰਹੀ ਹੈ, ਇਹ ਜਿੱਥੇ ਮਰਜ਼ੀ ਮੇਰੇ ਨਾਲ ਡਿਬੇਟ ਕਰ ਲੈਣ, ਔਨ ਰਿਕਾਰਡ ਪ੍ਰੂਵ ਕਰਕੇ ਦਿਖਾਵਾਂਗੇ, ਇਹਨਾਂ ਦੇ ਅਕਾਲੀ ਦਲ ਦੇ ਮੇਨ ਚਹੇਤੇ ਵਰਕਰ ਮਾਝੇ 'ਚ, ਦੁਆਬੇ 'ਚ ਤੇ ਮਾਲਵੇ 'ਚ। ਚਲੋ ਹਰ ਤਰ੍ਹਾਂ ਦੇ ਤੁਸੀਂ ਸਵਾਲ ਕੀਤਾ ਸੀ, ਨਾ ਦੋ ਜਵਾਬ ਦਿਓ, ਮਨਪ੍ਰੀਤ ਬਣੀ ਸੰਧੂ ਤੁਸੀਂ ਜਵਾਬ ਦਿਓ, ਮੇਰਾ ਸਵਾਲ ਵੀ ਨਾਲ ਲੈ ਲਓ, ਮੇਰਾ ਸਵਾਲ ਇਹ ਲੈ ਲਓ ਤੁਸੀਂ, ਮੈਥੋਂ ਵੀ 10 ਮਹੀਨਿਆਂ ਦੇ ਵਿੱਚ ਇਹਦਾ ਮਤਲਬ ਤੁਸੀਂ ਇਹਨਾਂ ਤੇ ਨੱਥ ਪਾ ਨਹੀਂ ਸਕੇ, ਇਸ ਲਈ ਤੁਹਾਡੇ ਤੇ ਇਲਜ਼ਾਮ ਲੱਗਦੇ ਆ, ਤੁਸੀਂ ਫਰੈਂਡਸ਼ਿਪ ਮੈਚ ਖੇਡਦੇ ਹੋ। ਨੋ ਨੋ, ਤੁਹਾਨੂੰ ਹੁਣ ਤਾਂ ਮੈਂ ਜਵਾਬ ਦਊਂਗਾ। ਹਾਂ ਦੋ ਜਵਾਬ, ਜਿਹੜੀਆਂ ਲੀਗਲ ਤੌਰ ਤੇ ਇਹਨਾਂ ਨੇ ਗਰਦੌਰੀਆਂ ਕਰਵਾਈਆਂ ਹੋਈਆਂ ਨੇ, ਉਹ ਲੀਗਲ ਤੌਰ ਤੇ ਗਰਦੌਰੀਆਂ ਕੋਰਟਾਂ ਦੇ ਵਿੱਚ ਅਗਲੇ ਸਟੇਆਂ ਲਈ ਬੈਠੇ ਨੇ। ਅੱਛਾ, ਇਟ ਇਜ਼ ਅ ਮੈਟਰ ਆਫ ਕੋਰਟ, ਠੀਕ ਹੈ, ਕੋਰਟਾਂ ਤੋਂ ਅਸੀਂ ਵਕੇਟ ਕਰਵਾ ਰਹੇ ਹਾਂ, ਇਟ ਟੇਕਸ ਟਾਈਮ, ਇਟ ਟੇਕਸ ਟਾਈਮ, ਕੋਰਟ ਦਾ ਪ੍ਰੋਸੈਸ ਹੈਗਾ, ਇਹਨਾਂ ਦੇ ਚਹੇਤੇ ਨੇ ਵਿਦ ਰਿਕਾਰਡ ਪ੍ਰੂਫ, ਯਾਨੀ ਕਿ ਤੁਹਾਡੇ ਹੱਥ ਬੰਨੇ ਹੋਏ ਆ ਕੋਰਟ ਦੀ ਵਜ੍ਹਾ ਕਰਕੇ, ਇੱਥੋਂ ਇੱਕ ਕੋਰਟ ਦੀ ਵਜ੍ਹਾ, ਅਸੀਂ ਕੋਰਟਾਂ 'ਚ ਉਹਨਾਂ ਨ੾ੂੰ ਲੜਾਈ ਲੜਨੀ ਸ਼ੁਰੂ ਕੀਤੀ। ਮੇਰੀ ਇੱਕ ਲਾਈਨ, ਚੰਜੀ ਬਰਾ ਮੈਂ ਕਲੈਰੀਫਾਈ ਕਰ ਰਿਹਾ, ਮੈਂ ਪਹਿਲਾਂ ਹੀ ਕਹਿ ਰਿਹਾ ਕਿ ਸਰਕਾਰ ਨਾਂ ਦੀ ਚੀਜ਼ ਹੀ ਨਹੀਂ, ਜੇ ਸਰਕਾਰ ਨਾਂ ਦੀ ਜਿਹੜੇ ਉਹਨਾਂ ਨੇ ਕੋਈ ਇੱਕ ਮਿੰਟ ਜਿਹੜੇ ਉਹਨਾਂ ਨੇ ਤੁਹਾਡੇ ਤੇ ਐਲੀਗੇਸ਼ਨ ਲਾਏ ਆ ਕਿ ਮਾਈਨਿੰਗ ਦੀ ਵਜ੍ਹਾ ਸਿਰਫ ਤੁਸੀਂ ਹੋ, 10 ਸਾਲ ਦੇ ਵਿੱਚ ਜੋ ਤੁਸੀਂ ਦਿੱਤਾ, ਮਨ ਇੱਕ ਮਿੰਟ,
ਇਹਨਾਂ ਦੀ ਸਰਕਾਰ ਹੈ ਜੇ ਰੋਕ ਨਹੀਂ ਪਾਉਂਦੀ ਤਾਂ ਸਰਕਾਰ ਦੇ ਪੱਲੇ ਕੀ ਹੈ ਇੱਕ ਮਿੰਟ ਇਦੋਂ ਵੱਡੀ ਗੱਲ ਬਣੇ ਸਰਕਾਰਾਂ ਦੀ ਪੱਲੇ ਕਰ ਰਹੇ ਕੋਈ ਚੀਜ਼ ਨਹੀਂ ਮੈਂ ਪੁੱਛ ਰਿਹਾ ਇਹਨਾਂ ਨੇ ਪੁੱਛ ਰਿਹਾ ਇਹ ਕਰਦਾਵਰੀਆਂ ਹੈਗੀਆਂ ਜਿੰਨਾ ਚਿਰ ਬੋਲਦੇ ਨਹੀਂ ਹੋਈ ਉੱਥੋਂ ਇਲੀਗਲ ਮਾਈਨਿੰਗ ਕਿਉਂ ਕਰਨ ਦੇ ਰਹੇ ਨਾ ਕਰਨ ਦਿਓ ਝੂਠੀ ਗੱਲ ਕਰਦੇ ਨੇ ਸੁਣ ਲਓ ਗੱਲ ਨੂੰ ਗੱਲ ਮੈਂ ਕਹਿ ਰਿਹਾ ਸਰਕਾਰ ਦੇ ਪੱਲੇ ਜੇ ਜੇ ਸਰਕਾਰ ਰੋਕ ਪੱਲੇ ਵਗੈਰਾ ਕੁਝ ਹੈ ਤਾਂ ਇਹ ਤਾਂ ਪੱਲੇ ਰੋਕਣਾ ਚਾਹੇ ਤਾਂ ਰੋਕ ਸਕਦੀ ਹੈ ਮੈਂ ਇੱਕ ਮਿੰਟ ਮੈਂ ਲੀਗਲ ਓਪੀਨੀਅਨ ਲੈ ਲਾਂ ਲੀਗਲ ਓਪੀਨੀਅਨ ਲੈ ਲਾਂ ਮੈਂ ਸਪਸ਼ਟ ਕਰਦਾ ਮੈਂ ਦੱਸ ਦਿਆਂ ਗਰਦੌਰੀਆਂ ਇਹਨਾਂ ਨੇ ਕਰਦੇ ਮੈਂ ਗਰਦਾਵਰੀ ਨਾਲ ਕਿਸੇ ਨੂੰ ਰੇਤਾ ਕਿਸੇ ਦਾ ਹੱਕ ਨਹੀਂ ਮਿਲਦਾ ਮੈਨੂੰ ਦਾ ਜਵਾਬ ਮਾਈਨ ਇੱਕ ਮਿੰਟ ਇੱਕ ਮਾਈਨ ਮਾਈਨ ਐਕਟ ਦੇ ਮੁਤਾਬਕ ਮਾਈਨ ਐਕਟ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਚਾਹੇ ਗਰਦੌਰੀ ਮੇਰੇ ਨਾਲ 20 ਸਾਲਾਂ ਦੀ ਹੈ ਚਾਹੇ ਮੇਰੀ ਉਹ ਮਾਲਕੀ ਵੀ ਹੈ ਮੈਂ ਉੱਥੇ ਮਾਈਨਿੰਗ ਨਹੀਂ ਕਰ ਸਕਦਾ ਵਿਦਆਊਟ ਪਰਮਿਸ਼ਨ ਵਿਦਆਊਟ ਪਰਮਿਸ਼ਨ ਆਫ ਦੀ ਕੰਪੀਟੈਂਟ ਅਥਾਰਟੀ ਮੈਂ ਉੱਥੋਂ ਇੱਕ ਆਪਣੀ ਟਰਾਲੀ ਵੀ ਨਹੀਂ ਚੱਕ ਸਕਦਾ ਆਪਣੇ ਪਰਸਨਲ ਯੂਜ਼ ਲਈ ਸੋ ਇਸ ਕਰ ਇਹ ਨਹੀਂ ਹੈਗਾ ਵੀ ਕਿਸੇ ਦੇ ਨਾਲ ਗੁਰਦੌਰੀਆਂ ਚੜ ਗਈਆਂ ਜਾਂ ਮਾਲਕ ਵੀ ਆ ਅਤੇ ਇਸ ਕਰਕੇ ਉੱਥੋਂ ਚੱਕੀ ਜਾਣਗੇ ਇਹ ਕਾਨੂੰਨ ਦੇ ਮੁਤਾਬਕ ਮਾਈਨਿੰਗ ਐਕਟ ਦੇ ਮੁਤਾਬਕ ਕਿ ਤੁਸੀਂ ਹਜੇ ਤੱਕ ਨਾਕਾਮਯਾਬ ਹੋ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੇ ਨਾਕਾਮਯਾਬ ਹੁੰਦੇ ਅਸੀਂ ਐਕਸੈਪਟ ਨਹੀਂ ਸੀ ਕਰਦੇ ਇਸ ਗੱਲ ਨੂੰ ਕਿ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਰੋਕਣੀ ਸ਼ੁਰੂ ਕੀਤੀ ਹੈਗੀ ਹੈ ਹਜ਼ਾਰਾਂ ਸੈਂਕੜੇ ਏਕੜਾਂ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਮਾਈਨਿੰਗ ਦੇ ਪ੍ਰੋਸੈਸ ਚਲਾਏ ਹੋਏ ਸੀ ਉਹਨਾਂ ਨੂੰ ਬੰਦ ਕਰਵਾ ਰਹੇ ਹਾਂ ਹਾਂ ਸਤਿੰਦਰ ਬੈਂਸ ਫਟਾਫਟ ਦੇਖੋ ਪਹਿਲੀ ਗੱਲ ਮੈਂ ਦੋ ਗੱਲਾਂ ਕਰਨੀਆਂ ਜੇ ਤਾਂ ਮਾਈਨਿੰਗ ਰੋਕਣੀ ਹੋਵੇ ਤਾਂ 1 ਘੰਟੇ ਦਾ ਕੰਮ ਹੈ ਸਿਰਫ ਇੱਥੋਂ ਸਟੇਸ਼ਨ ਜਾਣੀ ਹੈ ਬਿਲਕੁਲ ਠੀਕ ਸਾਰੀ ਪੁਲਿਸ ਇਹਨਾਂ ਕੋਲ ਸਟੇਸ਼ਨ ਇਹਨਾਂ ਕੋਲ ਹੈ 2 ਘੰਟੇ ਦੇ ਵਿੱਚ ਸਾਰਾ ਬੰਦ ਹੋ ਸਕਦਾ ਇਹ ਤਾਂ 10 ਮਹੀਨੇ ਹੋ ਗਏ ਦੂਜੀ ਗੱਲ ਮੈਂ ਬਰਾੜ ਸਾਹਿਬ ਨੇ ਕਹੀ ਸੀਗੀ ਕਿ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਗ੍ਰਿਪ ਹੈ ਉਹ ਖਤਮ ਹੋਇਆ ਹੋਇਆ ਸਰਕਾਰ ਦੇ ਉੱਤੇ ਉਹਦੇ ਦੇਖੋ ਇੱਕ ਸੁਰੇਸ਼ ਕੁਮਾਰ ਦਾ ਇਹਨਾਂ ਨੇ ਜ਼ਿਕਰ ਕੀਤਾ ਸੀਗਾ ਚਲੋ ਅਫਸਰ ਉਹ ਚੰਗੇ ਹੋਣਗੇ ਜਿਹੜੀਆਂ ਤੁਸੀਂ ਐਕਸਟਰਾ ਕੌਨਸਟੀਟਿਊਸ਼ਨਲ ਪਾਵਰਾਂ ਦੇ ਕੇ ਸਰਕਾਰ ਚਲਾ ਰਹੇ ਹੋ ਅਤੇ ਉਹ ਸਰਕਾਰ ਦੇ ਪੋਲੀਟੀਕਲ ਜਿਹੜੇ MLA ਮਿਨਿਸਟਰ ਹੈ ਸਾਰੇ ਤੁਹਾਡੇ ਉਹ ਬਾਹਰ ਹੋ ਗਿਆ ਸਿਸਟਮ ਤੋਂ ਉਹ ਕੋਈ ਫੈਸਲਾ ਨਹੀਂ ਕਰ ਸਕਦੇ ਉਹਨਾਂ ਦਾ ਕੋਈ ਕੰਮ ਨਹੀਂ ਹੁੰਦੇ ਅਤੇ ਉੱਥੇ ਸਰਕਾਰ ਦੇ ਵਿੱਚ ਜਿਹੜਾ ਗ੍ਰਿਪ ਹੈ ਕੈਪਟਨ ਅਮਰਿੰਦਰ ਸਿੰਘ ਦਾ ਘਟਨਾ ਹੀ ਸੀਗਾ ਪੋਲੀਟੀਕਲੀ ਵੀਕ ਹੋਇਆ ਕੈਪਟਨ ਅਮਰਿੰਦਰ ਸਿੰਘ ਦੇ ਸਾਰੀਆਂ ਗੱਲਾਂ ਤੋਂ ਇਹ ਜਿਹੜੀ ਇਸ ਪੂਰੇ ਐਪੀਸੋਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲੀ ਵੀਕ ਹੋਇਆ ਬਿਲਕੁਲ ਸਹੀ ਗੱਲ ਹੈ ਬੋਟਾ ਸਿੰਘ ਬਰਾਗੀ ਲਾਸਟ ਕਮੈਂਟ ਫਟਾਫਟ ਬਿਲਕੁਲ KP ਸਿੰਘ ਜੀ ਮੈਂ ਤਾਂ ਇਹ ਕਹਿਣਾ ਦੇਖੋ ਪਿਛਲੇ 10-15 ਸਾਲਾਂ 'ਚ ਪੰਜਾਬ ਦੀ ਲੁੱਟ ਕੇ ਰੱਜ ਕੇ ਲੁੱਟ ਹੋਈ ਆ ਚਾਹੇ ਉਹ ਅਕਾਲੀ ਦਲ ਨੇ ਕੀਤੀ ਭਾਜਪਾ ਨੇ ਕੀਤੀ ਕਾਂਗਰਸ ਨੇ ਕੀਤੀ ਆ ਆਹ ਹੁਣ ਦੇਖੋ ਪਿਛਲੇ 5 ਸਾਲਾਂ ਰਾਣਾ ਗੁਰਜੀਤ ਦੀ ਜਿਹੜੀ ਪ੍ਰਾਪਰਟੀ 101 ਕਰੋੜ ਵਧੀ ਆ ਸੁਨੀਲ ਕੁਮਾਰ ਜਾਖੜ ਦੀ 17 ਕਰੋੜ ਵਧੀ ਆ ਵਿਕਰਮ ਮਜੀਠੀਆ ਦੀ 14 ਕਰੋੜ ਮੈਂ ਸਿਰਫ ਤੇ ਮੈਂ ਬਿਲਕੁਲ ਚਲੋ ਮੈਂ ਰਿਕੁਐਸਟ ਕੀ ਕਰਦਾ ਸਰਕਾਰ ਨੂੰ ਰਿਕੁਐਸਟ ਕਰਦਾ ਵੀ ਇਹਨਾਂ ਦੀ ਮੈਂ ਵਿੱਚ ਨਾ ਬੋਲੋ ਵਿੱਚ ਨਾ ਬੋਲੋ ਜਵਾਬ ਦੋ ਬੁੱਢੇ ਸੇ ਬਰਾਕੀ ਇਹਦਾ ਜਵਾਬ ਹੀ ਦੇ ਦੋ ਸਰ ਮੈਂ ਤਾਂ 2 ਕਰੋੜ ਤੋਂ 52 ਕਰੋੜ ਹੋਈ ਹੈ ਜਿਹੜੀ ਉਹ ਵੀ ਦੱਸ ਦਿਓ ਚਲੋ ਦੋਨਾਂ ਜਵਾਬ ਦੇ ਦੋ ਕੋਈ 60 ਕਰੋੜ ਹੋਈ ਆ ਮੈਂ ਤਾਂ ਇਹ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਵੀ ਉਸ ਤੇ ਵੀ ਕਮਿਸ਼ਨ ਬਿਠਾਓ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕਿਹੜਾ ਕਮਿਸ਼ਨ ਇਹ ਵੀ ਦੱਸ ਦਿਓ ਕਮਿਸ਼ਨ ਕਿਹੜਾ ਬਣਾਉਣਾ ਹੁਣੇ ਕਮਿਸ਼ਨ ਖਾਰਜ ਕਰ ਜਾਂਦੇ ਸੀ ਸਾਡਾ ਕਮਿਸ਼ਨ ਸਰ ਸਰਕਾਰ ਕਮਿਸ਼ਨ ਬਿਠਾਵੇ ਗੱਲ ਚਰਚਾ ਚਾਵੇ ਮੀਡੀਆ ਚੱਕੇ ਪੰਜਾਬ ਦੀ ਲੁੱਟ ਜਿਹੜੀ ਹੋਈ ਆ ਲੋਕਾਂ ਸਾਹਮਣੇ ਰੱਖੀ ਰੱਖੇ ਇਸ ਤੇ ਸਪੈਸ਼ਲ ਡਿਬੇਟ ਹੋਵੇ ਕਿਉਂਕਿ ਇਹ ਸਮੇਂ ਦੀ ਲੋੜ ਆ ਪੰਜਾਬ ਇਹਨਾਂ ਦੋਵਾਂ ਪਾਰਟੀਆਂ ਨੇ ਰੌਲ ਕੇ ਰਲ ਕੇ ਲੁੱਟਿਆ ਤੇ ਅੱਜ ਵੀ ਲੁੱਟ ਰਹੇ ਆ ਅੱਛਾ ਇੱਕ ਝੂਠ ਬੋਲਣ ਦੇ ਵਿੱਚ ਜੇ ਕੋਈ ਆ ਡਾਕੂਮੈਂਟਾ ਤੂੰ ਲੈ ਆ ਡਾਕੂਮੈਂਟਾ ਦੱਸ ਤੁਸੀਂ ਦਿੱਤੇ ਆ ਤੂੰ ਵਿੱਚ ਨਾ ਬੋਲਿਆ ਕਰ ਮੈਂ ਆਪਾਂ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰੀਏ ਬੁੱਢਾ ਸਿੰਘ ਬਰਾਗੀ ਬੁੱਢੇ ਬਰਾਗੀ ਵਿੱਚ ਨਾ ਬੋਲਿਆ ਨਹੀਂ ਆਪਾਂ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰੀਏ ਇਦਾਂ ਨਹੀਂ ਇਹੋ ਜੀ ਭਾਸ਼ਾ ਨਾ ਵਰਤੋ ਤੂੰ ਆ ਜਾ ਰੋਕ ਕੇ ਇਹੋ ਜੀ ਭਾਸ਼ਾ ਜਾ ਰੋਕ ਕੇ ਦਿਖਾ ਦੇ ਤੂੰ ਵਿੱਚ ਕਿਉਂ ਬੋਲਦਾ ਇਦਾਂ ਨਹੀਂ ਇਦਾਂ ਨਹੀਂ ਇਹੋ ਜੀ ਭਾਸ਼ਾ ਬੁੱਢਾ ਸਿੰਘ ਬਰਾਗੀ ਇਹੋ ਜੀ ਭਾਸ਼ਾ ਨਾ ਵਿੱਚ ਨਾ ਬੋਲੋ ਇਦਾਂ ਨਹੀਂ ਇਦਾਂ ਨਹੀਂ ਕੋਈ ਨਹੀਂ ਇਹੋ ਜੀ ਭਾਸ਼ਾ ਨਹੀਂ ਨਹੀਂ ਇਹੋ ਜੀ ਭਾਸ਼ਾ ਇਹ ਪਹਿਲੀ ਪਾਰਟੀ ਆ ਪਹਿਲੀ ਗ੍ਰੇਸ ਰੱਖੀ ਆ ਪਹਿਲੀ ਪਾਰਟੀ ਆ ਜਿਨ੍ਹਾਂ ਨੇ ਕਰਪਸ਼ਨ ਦੀ ਜੜ ਪੱਟ ਦੀ ਪਹਿਲੀ ਪਾਰਟੀ ਆ ਪਾਰਟੀ ਆ ਜਿਹੜੀ ਟਿਕਟਾਂ ਲੈਣ ਚ ਜੜ ਪੱਟ ਨਹੀਂ ਕਰਪਸ਼ਨ ਦੀ ਅੱਗੇ ਚਲੋ ਕੁੱਲ ਮਿਲਾ ਕੇ ਮਾਮਲਾ ਭ੍ਰਿਸ਼ਟਾਚਾਰ ਦਾ ਹੈਗਾ ਤੇ ਪਰ ਹੁਣ ਇਹ ਬਹੁਤ ਸਵਾਲ ਆ ਗਿਆ ਸਾਰੇ ਮਾਮਲੇ ਦਾ ਬਹੁਤ ਧੰਨਵਾਦ ਕਰਦਾ ਇਸ ਮੰਚ ਤੇ ਮਰਿਆਦਤ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਮਾਫ਼ ਕਰਨਾ ਦਰਸ਼ਕੋ ਜੇ ਇਸ ਮੰਚ ਤੋਂ ਕੋਈ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਮੈਂ ਉਸ ਲਈ ਮਾਫ਼ੀ ਮੰਗਦਾ ਹੈਗਾ ਇਹਨਾਂ ਦੇ ਬਿਹਾਫ ਤੇ ਮੈਂ ਤਾਂ ਕੁੱਲ ਮਿਲਾ ਕੇ ਇਸ ਚਰਚਾ ਦੇ ਐਂਡ ਵਿੱਚ ਇਹੀ ਕਹੂੰਗਾ ਰੇਤ ਦੀ ਪਿੱਚ ਤੇ ਮੈਚ ਹੋਇਆ ਰਾਹੁਲ ਗਾਂਧੀ ਨੇ ਅੰਪਾਇਰ ਦੀ ਭੂਮਿਕਾ ਨਿਭਾਈ ਕੈਪਟਨ ਅਮਰਿੰਦਰ ਸਿੰਘ ਨੇ ਕਮੈਂਟੇਟਰ ਦੀ ਭੂਮਿਕਾ ਨਿਭਾਈ ਰਾਣਾ ਗੁਰਜੀਤ ਸਿੰਘ ਹਾਰ ਗਏ ਹੁਣ ਸੁਖਪਾਲ ਸਿੰਘ ਖਹਿਰਾ ਜਿੱਤੇ ਜਾਂ ਲੋਕਤੰਤਰ ਜਿੱਤ ਹੋਈ ਜਾਂ ਵਿਰੋਧੀਆਂ ਨੇ ਜਿੱਤ ਹਾਸਲ ਕੀਤੀ ਇਸ ਦਾ ਫੈਸਲਾ ਤੁਸੀਂ ਕਰਨਾ ਜਿੱਤਿਆ ਕੌਣ ਪਰ ਸਾਡਾ ਸਵਾਲ ਅਜੇ ਵੀ ਬਰਕਰਾਰ ਹੈ ਕਿ ਦਾਗ ਕਹਿੰਦੇ ਤੋਤੇ ਕੀ ਹੈ ਬਹੁਤ ਧੰਨਵਾਦ